ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਿਰਫ ਉਹਦੀ ਬਾਬੀਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮਨ ਨਾਨਕ ਹੁਕਮ ਮੰਨਿਐ ਤਿਖ ਉਤਰੈ ਚੜ੍ਹੈ ਚਵੱਗਲ ਬੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਚਵਰ ਸਤਰ ਤਖ ਦੇ ਮਾਲਕ ਆਗਮ ਵਧਾਤੀ ਗੁਰਤਾ ਗੱਦੀ ਦੇ ਤਖਤ ਸੁਭਾਏ ਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਜੁੜਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਸਾਹਿਬਾਂ ਨੇ ਕਿਰਪਾ ਕੀਤੀ ਹੈ ਦੀਵਾਨਾਂ 'ਚ ਸਤਿਗੁਰਾਂ ਦੇ ਹਜ਼ੂਰ ਹਾਜ਼ਰੀ ਭਰਨ ਦਾ ਸਮਾਂ ਮਿਲ ਰਿਹਾ ਆਪ ਸਹਿਜ ਪਾਠ ਸੰਥਿਆ ਸਮਾਗਮਾਂ 'ਚ ਹਾਜ਼ਰੀ ਲਵਾਈਏ ਰਸਨਾ ਕਰੋ ਪਵਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਬਾਬੀਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਅੰਗ 1282 ਤੋਂ ਸਹਿਜ ਪਾਠ ਸੰਥਿਆ ਦੀ ਪ੍ਰਾਰੰਭਤਾ ਹੋ ਰਹੀ ਹੈ। ਮਲਾਰ ਰਾਗ 27ਵਾਂ ਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਲਾਰ ਰਾਗ ਦੀ ਵਾਰ 8 ਪੌੜੀਆਂ ਸਲੋਕਾਂ ਸਮੇਤ ਸਰਵਣ ਕੀਤੀਆਂ ਹਨ। ਸਮਾਂ ਹੋਇਆ ਹੈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਾਣੀ ਦੇ 9ਵੀਂ ਪੌੜੀ ਆਰੰਭ ਹੋਣ ਦਾ।
ਸਲੋਕ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪਰਮ ਪਵਿੱਤਰ ਸਲੋਕ ਉਚਾਰਨ ਕਰਦੇ ਹਨ। ਬਾਬੀਹਾ ਨਾ ਬਿਲ ਲਾਏ ਨਾ ਤਰਸਾਏ, ਇਹੋ ਮਨ। ਬਬੀਹਾ ਜੀਵ ਨੂੰ ਕਿਹਾ ਹੈ, ਜਿਹਦੇ ਅਰਥ ਮਹਾਰਾਜ ਅੱਗੇ ਕਰਨਗੇ। ਕਹਿੰਦੇ ਹੇ ਜੀਵ ਰੂਪ ਬਬੀਹੇ, ਨਾ ਬਿਲ ਲਾਏ, ਨਾ ਕਹਿੰਦੇ ਵਰਲਾਪ ਕਰ। ਬਹੁਤੇ ਵਰਲਾਪ ਕਰਨ ਦੇ ਨਾਲ ਦੁੱਖ ਨਹੀਂ ਮਿਟਣਗੇ, ਜਾਂ ਨਾ ਬਿਲ ਲਾਏ ਕਿਸੇ ਹੋਰ ਕੋਲ ਧਨ ਪਦਾਰਥ ਬਹੁਤਾ ਵੇਖ ਕੇ ਵਰਲਾਪ ਨਾ ਕਰ, ਮੈਂ ਭੁੱਖਾ ਮਰ ਗਿਆ, ਮੈਨੂੰ ਨਹੀਂ ਕੁਝ ਮਿਲਿਆ, ਉਹ ਸਭ ਕੁਝ ਲੈ ਕੇ। ਕਹਿੰਦੇ ਪਦਾਰਥ ਧਨ ਵੇਖ ਕੇ ਵਰਲਾਪ ਨਾ ਕਰ, ਰੋ ਨਾ, ਨਾ ਤਰਸਾਏ ਉਹ ਮਨ, ਅਤੇ ਹੋਰਨਾਂ ਜੀਵਾਂ ਦੇ ਤਾਂ ਸੁਖੀ ਵੇਖ ਕੇ ਆਪਣਾ ਇਹ ਮਨ ਚਿੱਤ ਤਰਸਾਉਣਾ ਨਾ ਕਰ। ਭਾਵ ਕੇ ਐਵੇਂ ਪਾਤਸ਼ਾਹ ਕਹਿੰਦੇ ਦੁਖੀ ਨਾ ਹੋਇਆ ਕਰ, ਖਸਮ ਕਾ ਹੁਕਮ ਮੰਨ, ਸਗੋਂ ਸਬਰ ਸੰਤੋਖ ਵਿੱਚ ਰਹਿ ਕੇ ਖਸਮ ਜੋ ਮਾਲਕ ਪਰਮੇਸ਼ਰ ਹੈ ਉਹਦੇ ਹੁਕਮ ਨੂੰ, ਉਹਦੀ ਰਜ਼ਾ ਨੂੰ, ਭਾਣੇ ਨੂੰ ਮਨ ਮੰਨਣਾ ਕਰ। ਨਾਨਕ ਹੁਕਮ ਮੰਨਿਆ ਤਿਖ ਉਤਰੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਜਦੋਂ ਹੇ ਜੀਵ, ਜੇ ਤੂੰ ਜੇਕਰ ਹੁਕਮ ਮੰਨ ਲਵੇ ਨਾ, ਪਰਮੇਸ਼ਰ ਦਾ ਭਾਣਾ ਮੰਨੇਗਾ, ਭਾਣਾ ਮੰਨਣੇ ਕਰਕੇ ਤਿਖ ਉਤਰੈ, ਤੇਰੀ ਵਿਸ਼ੇ ਵਿਕਾਰ ਭੋਗਣ ਦੀ ਮਾਇਆ ਆਦਿਕ ਤ੍ਰਿਸ਼ਨਾ ਦੀ ਜਿਹੜੀ ਤ੍ਰੇਹ ਲੱਗੀ ਹੈ ਨਾ ਪਿਆਸ, ਇਹ ਉਤਰੇ ਉਤਰ ਜਾਵੇਗੀ। ਭਾਵ ਕੇ ਅੰਦਰੋਂ ਸ਼ਾਂਤ ਹੋ ਜਾਵੇਗਾ। ਚੜੈ ਚਵਗਲ ਵਨ, ਚੜੈ ਚਵਗਲ, ਬਵੇ ਦੇ ਭਾਰ ਪਾ ਕੇ ਚਵਗਲ ਵਨ। ਇਸ ਤਰ੍ਹਾਂ ਫਿਰ ਚਵਗਲ ਹੁੰਦਾ ਵੀ ਚਾਰ ਗੁਣਾ। ਸਾਹਿਬ ਜੀ ਕਹਿੰਦੇ ਵੀ ਗਿਆਨ ਰੂਪੀ ਵਨ ਜੋ ਨਾਮ ਹੈ ਰੰਗ ਦਾ, ਰੰਗਤ ਚੜੈ ਚੜ ਜਾਵੇਗੀ। ਭਾਵੇ ਹੈ ਵੀ ਜਿਹੜਾ ਆਨੰਦ ਫਿਰ ਹੁਕਮ ਮੰਨਣ ਚ ਆਵੇਗਾ ਉਹ ਆਨੰਦ ਘਟੇਗਾ ਨਹੀਂ, ਉਹ ਚਾਰ ਗੁਣਾ ਜਿਹੜਾ ਰੰਗ, ਉਹ ਪ੍ਰੇਮ, ਉਹ ਅਵਸਥਾ, ਉਹ ਚੜ੍ਹਦੀ ਕਲਾ, ਉਹ ਖੇੜਾ ਵੱਧਦਾ ਹੀ ਜਾਵੇਗਾ। ਮਹੱਲਾ ਤੀਜਾ। ਬਾਬੀਹਾ ਜਲ ਮਹਿ ਤੇਰਾ ਵਾਸ ਹੈ। ਹਾਂ, ਜਲ ਦੇ ਦੋ ਅਰਥ ਕਰਦੇ ਨੇ ਇੱਥੇ ਵਿਦਵਾਨ। ਇੱਕ ਜਲ ਹੈ ਚੇਤਨ ਰੂਪੀ ਜਲ, ਪਾਣੀ ਭਾਵ ਕੇ ਵਿਆਪਕ ਪਰਮੇਸ਼ਰ, ਅਤੇ ਦੂਜਾ ਜਲ ਨਾਮ ਨੂੰ ਕਿਹਾ ਹੈ। ਬਾਬੀਹਾ ਹੇ ਜੀਵ ਰੂਪੀ ਪਪੀਹੇ, ਜਲ ਮਹਿ ਤੇਰਾ ਵਾਸ ਹੈ, ਤੇਰਾ ਚੇਤਨ ਰੂਪੀ ਜਲ ਪਾਣੀ ਦੇ ਵਿੱਚ ਭਾਵ ਕੇ ਵਿਆਪਕ ਹਰੀ ਪ੍ਰਭੂ ਦੇ ਵਿੱਚ ਹੀ ਤੇਰਾ ਵਾਸ ਹੈ, ਵਾਸ ਨਿਵਾਸ ਹੈ, ਭਾਵ ਕੇ ਤੂੰ ਜਿਉਂਦਾ ਮਾਲਕ ਦੇ ਆਸਰੇ ਹੈ, ਉਸ ਵਾਹਿਗੁਰੂ ਦੇ ਆਸਰੇ ਤੇਰੀ ਜ਼ਿੰਦਗੀ ਚੱਲ ਰਹੀ ਹੈ। ਜਲ ਹੀ ਮਾਹੇ ਫਿਰਾਹੇ, ਅਦੇ ਫਿਰ ਤੂੰ ਚੇਤਨ ਰੂਪੀ ਜਲ ਪਾਣੀ ਦੇ ਵਿੱਚ ਹੀ ਤੁਰਿਆ ਫਿਰਾਹੇ ਫਿਰਦਾ ਹੈ, ਭਾਵ ਪਰਮੇਸ਼ਰ ਦੇ ਆਸਰੇ ਹੀ ਜਗਤ ਦੀ ਖੇਡ ਵਿੱਚ ਤੇਰਾ ਵਿਚਰਨਾ ਹੋ ਰਿਹਾ ਹੈ। ਤੇ ਦੂਜੇ ਭਾਵ ਦੇ ਵਿੱਚ ਬਾਬੀਹਾ, ਬਾਬੀਹਾ ਜਲ ਮਹਿ ਤੇਰਾ ਵਾਸ ਹੈ, ਮਹਾਰਾਜ ਕਹਿੰਦੇ ਪਪੀਹੇ ਤੇਰਾ ਵਾਹਿਗੁਰੂ ਦੇ ਨਾਮ ਰੂਪੀ ਜਲ ਦੇ ਵਿੱਚ ਹੀ ਨਿਵਾਸ ਹੈ, ਭਾਵ ਨਾਮ ਦੇ ਆਸਰੇ ਜਗਤ ਖੜਾ ਏ। ਜਲ ਹੀ ਮਾਹੇ ਫਿਰਾਹੇ, ਤੇ ਵਾਹਿਗੁਰੂ ਦੇ ਨਾਮ ਰੂਪੀ ਜਲ ਦੇ ਆਸਰੇ ਹੀ ਤੂੰ ਫਿਰਾਹੇ ਜਗਤ ਵਿੱਚ ਤੁਰਿਆ ਫਿਰਦਾ, ਸਾਰੀਆਂ ਖੇਡਾਂ ਨਾਮ ਦੀਆਂ ਹੀ ਹਨ। ਜਲ ਕੀ ਸਾਰ ਨਾ ਜਾਣਹੀ, ਪਰ ਤੂੰ ਪਾਤਸ਼ਾਹ ਕਹਿੰਦੇ ਵੇਖ ਜੋ ਚੇਤਨ ਹਰੀ ਰੂਪੀ ਜਲ ਪਾਣੀ ਹੈ, ਜੋ ਵਾਹਿਗੁਰੂ ਦਾ ਨਾਮ ਹੈ,
ਉਸ ਜਲ ਦੀ, ਉਸ ਵਾਹਿਗੁਰੂ ਦੀ, ਉਸ ਨਾਮ ਦੀ ਤੂੰ ਸਾਰ ਖਬਰ ਜਾਣਦਾ ਹੀ ਨਹੀਂ। ਚੇਤਨ ਸੱਤਾ ਨਾਲ ਜਿਸ ਦੇ ਆਸਰੇ ਵੇਖਦਾ ਏ, ਸੁੰਘਦਾ ਏ, ਤੁਰਦਾ ਏ, ਬੋਲਦਾ, ਉਸ ਵਾਹਿਗੁਰੂ ਦਾ ਤੂੰ ਮਹਾਰਾਜ ਸਾਹਿਬ ਜੀ ਕਹਿੰਦੇ ਕੋਈ ਖਬਰ ਸਾਰ ਨਹੀਂ ਰੱਖਦਾ, ਉਸ ਬ੍ਰਹਮ ਦੀ ਤੂੰ ਕਦਰ ਨਹੀਂ ਕਰਦਾ, ਤਾਂ ਤੂੰ ਕੂਕਣ ਪਾਹੇ। ਤਾਂਹੀਓ ਤੇ ਫਿਰ ਮਹਾਰਾਜ ਕਹਿੰਦੇ ਤੂੰ ਕੂਕਣ ਪਾਹੇ। ਕੂਕਣ ਹੁੰਦਾ ਵੀ ਕੂਕਣਾ, ਪੁਕਾਰਾਂ ਕਰਨੀਆਂ ਦੁਖੀ ਹੋ ਕੇ, ਤੇ ਦੁਖੀ ਹੋ ਕੇ ਪੁਕਾਰਾਂ ਪਾਹੇ ਪਾਉਂਦਾ ਫਿਰਦਾ, ਚਾਂਗਾ ਮਾਰਦਾ ਰਹਿੰਦਾ ਹੈ, ਕਿਉਂਕਿ ਪਰਮੇਸ਼ਰ ਦੀ ਤੇ ਪਰਮੇਸ਼ਰ ਦੇ ਨਾਮ ਦੀ ਤੈਨੂੰ ਖਬਰ ਕੋਈ ਨਹੀਂ ਹੈ। ਜਲ ਥਲ ਚਹੁ ਦਿਸ ਵਰਸਦਾ। ਉਹ ਜੋ ਚੇਤਨ ਰੂਪੀ ਮਹਾਰਾਜ ਸਾਹਿਬ ਕਹਿੰਦੇ ਪਰਮੇਸ਼ਰ ਜਲ ਹੈ, ਉਹ ਗੁਰੂ ਰੂਪੀ ਬੱਦਲ ਬਣ ਕੇ ਵਰਖਾ ਕਰਦਾ ਹੈ। ਜਿੱਥੇ ਪਹਿਲਾਂ ਜਲ ਪਾਣੀ ਹੈ, ਤਰਲ ਥਾਵਾਂ ਅਤੇ ਥਲ ਖੁਸ਼ਕ ਥਾਵਾਂ, ਚਹੋ ਦਿਸ ਚੌਵਾਂ ਦਿਸ਼ਾਵਾਂ ਸਾਰਿਆਂ ਦੇ ਵਿੱਚ ਵਰਸ ਦਾ ਨਾਮ ਰੂਪੀ ਉਪਦੇਸ਼ ਰੂਪੀ ਵਰਖਾ ਦੇ ਸਹਿਤ ਵਰਸ ਰਿਹਾ ਹੈ। ਜਲ ਤੋਂ ਭਾਵ ਇਹ ਵੀ ਹੈ ਵੀ ਜਿੱਥੇ ਪਾਣੀ ਖਲੋਤਾ ਹੋਏ ਮੀਂਹ ਉੱਥੇ ਵੀ ਪੈਂਦਾ, ਜਿੱਥੇ ਥਲ ਖੁਸ਼ਕ ਥਾਂ ਹੋਏ ਮੀਂਹ ਉੱਥੇ ਵੀ ਪੈ ਜਾਂਦਾ। ਇਵੇਂ ਜਲ ਦੀ ਨਿਆਈ ਜਿਹੜੇ ਸ਼ਰਧਾ ਵਾਲੇ ਉੱਤਮ ਅਧਿਕਾਰੀ ਨੇ ਅਤੇ ਥਲ ਦੀ ਨਿਆਈ ਜਿਹੜੇ ਪਦਾਰਥਾਂ ਦੇ ਭੁੱਖੇ ਥੋੜ੍ਹੇ ਨੀਵੇਂ ਅਧਿਕਾਰੀ ਹਨ, ਜਦੋਂ ਗੁਰੂ ਮਹਾਰਾਜ ਸਾਹਿਬ ਦੀ ਕੋਈ ਸ਼ਰਨ ਆਉਂਦਾ ਹੈ ਤਾਂ ਗੁਰੂ ਰੂਪੀ ਬੱਦਲ ਨਾਮ ਉਪਦੇਸ਼ ਦੀ ਵਰਖਾ ਦੇ ਸਹਿਜ ਸਾਰਿਆਂ 'ਤੇ ਹੀ ਦਸ਼ਾਂ ਦਿਸ਼ਾਵਾਂ ਦੇ ਵਿੱਚ ਹੀ ਸਭ ਥਾਵਾਂ 'ਤੇ ਵਰਸ ਰਿਹਾ ਵਰਸਦਾ ਹੈ। ਖਾਲੀ ਕੋ ਥਾਉ ਨਾਹੀ। ਇਹੋ ਜਿਹੀ ਕੋਈ ਵੀ ਥਾਂ ਸਥਾਨ ਖਾਲੀ ਸੱਖਣਾ ਨਹੀਂ ਹੈ, ਭਾਵ ਕੋਈ ਇਹੋ ਜਿਹਾ ਵਿਤਕਰਾ ਨਹੀਂ ਮਹਾਰਾਜ ਸਾਹਿਬ ਦੇ ਅੰਦਰ, ਜਿਹੜਾ ਵੀ ਚਰਨ ਸ਼ਰਨ ਆ ਗਿਆ ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਉਪਦੇਸ਼ ਦੀ ਵਰਖਾ ਕਰਕੇ ਨਾਮ ਜਲ ਦੇ ਨਾਲ ਨਿਹਾਲ ਕਰ ਦਿੰਦੇ ਹਨ। ਇਤੈ ਜਲ ਵਰਸਦੈ ਤੇ ਹਾਂਜੀ ਪਾਤਸ਼ਾਹ ਜੀ ਕਹਿੰਦੇ ਵੀ ਉਹ ਵੇਖੋ ਜਿੱਥੇ ਪਰਮੇਸ਼ੁਰ ਸਭ ਥਾਵਾਂ ਤੇ ਵਿਆਪਕ ਹੈ, ਉਹਦਾ ਨਾਮ ਉਪਦੇਸ਼ ਸਭ ਥਾਵਾਂ ਤੇ ਵਸ ਰਿਹਾ ਹੈ। ਇਤੈ ਜਲ ਵਰਸਦੈ ਵੀ ਇਹਨਾਂ ਗੁਰੂ ਸਾਹਿਬ ਦਾ ਉਪਦੇਸ਼ ਹੋ ਰਿਹਾ ਹੈ, ਇਹਨਾਂ ਵਾਹਿਗੁਰੂ ਦਾ ਨਾਮ ਰੂਪੀ ਜਲ ਜਿਹੜਾ ਹੈ ਉਹਦੇ ਵਰਦਿਆਂ ਹੋਇਆਂ ਵਰਖਾ ਹੁੰਦੇ ਆ। ਦੇਖ ਮਰੈ ਜਿਹੜਾ ਵੀ ਕੋਈ ਮਨਮੁਖ ਜੀਵ ਪਿਆਸਾ ਹੈ ਤੇ ਪਿਆਸ ਦੇ ਨਾਲ ਹੀ ਤ੍ਰਿਸ਼ਨਾ ਦੀ ਪਿਆਸ ਦੇ ਸਹਿਜ ਮਰ ਰਹੇ ਨੇ, ਦੁਖੀ ਹੋ ਰਹੇ ਹਨ, ਭਾਗ ਤਿਨਾ ਕੇ ਨਾਹੀ। ਉਹਨਾਂ ਦੇ ਭਾਗ ਕਰਮ ਚੰਗੇ ਨਹੀਂ ਹਨ। ਭਾਈ ਵੇਖੋ ਮੀਂਹ ਪੈਂਦੇ ਆ ਵੀ ਜੇ ਕੋਈ ਤਿਹਾਇਆ ਮਰੇ ਤਾਂ ਮਾੜੇ ਭਾਗ ਨੇ, ਇਹਨਾਂ ਨੂੰ ਪੀਣਾ ਨਹੀਂ ਆਉਂਦਾ, ਜਲ ਗ੍ਰਹਿਣ ਨਹੀਂ ਕਰਨਾ ਆਉਂਦਾ। ਇਵੇਂ ਨਾਮ ਉਪਦੇਸ਼ ਦੀ ਵਰਖਾ ਹੁੰਦੇ ਆ ਵੀ ਜਿਹੜਾ ਤ੍ਰਿਸ਼ਨਾ ਦੇ ਵਿੱਚ ਹੀ ਮਰ ਰਿਹਾ ਪਿਆਸਾ, ਵਿਕਾਰਾਂ ਦੇ ਵਿੱਚ ਹੀ ਦੁਖੀ ਹੋ ਰਿਹਾ, ਵਾਹਿਗੁਰੂ ਤੋਂ ਬੇਮੁਖ ਹੋ ਕੇ ਉਹਦੇ ਭਾਗ ਹੀ ਮੰਦੇ ਹਨ। ਨਾਨਕ ਗੁਰਮੁਖ ਤਿਨ ਸੂਝੀ ਪਈ। ਤੀਸਰੇ ਪਾਤਸ਼ਾਹ ਕਹਿੰਦੇ ਉਹਨਾਂ ਗੁਰਮੁਖਾਂ ਨੂੰ ਗੁਰੂ ਸਾਹਿਬ ਜੀ ਦੀ ਚਰਨ ਸ਼ਰਨ ਆਉਣ ਕਰਕੇ ਗੁਰਾਂ ਦੇ ਰਾਹੀਂ ਇਹ ਸੋਝੀ ਇਹ ਸਮਝ ਗਿਆਦ ਪੈ ਜਾਂਦੀ ਹੈ ਵੀ ਜੋ ਵਾਹਿਗੁਰੂ ਰੂਪੀ ਨਾਮ ਜਲ ਹੈ ਜਾਂ ਚੇਤਨ ਰੂਪੀ ਜਲ ਹੈ, ਜਿਨ੍ਹਾਂ ਵਸਿਆ ਮਨ ਮਾਹੇ, ਜਿਨ੍ਹਾਂ ਦੇ ਮਨ ਚਿੱਤ ਦੇ ਵਿੱਚ ਗੁਰਾਂ ਦਾ ਉਪਦੇਸ਼ ਨਾਮ ਵਸ ਗਿਆ ਹੈ, ਉਹਨਾਂ ਨੂੰ ਸੋਝੀ ਆਈ ਹੈ ਗੁਰਾਂ ਦੁਆਰਾ। ਪੌੜੀ ਨਾਥ ਜਤੀ ਸਿੱਧ ਪੀਰ। ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਨਾਥ ਨੌ ਵੱਡੇ ਨਾਥ ਮੰਨੇ ਨੇ ਜੋਗੀਆਂ ਨੇ ਆਪਣੇ, ਅਤੇ ਜਤੀ ਛੇ ਜਤੀ ਜਤ ਰੱਖਣ ਵਾਲੇ ਪੁਰਖ ਗਿਣਤੀ 'ਚ ਮੰਨੇ ਹਨ ਵਿਦਵਾਨਾਂ ਨੇ। ਸਿੱਧ 84 ਗਿਣਤੀ ਸਿੱਧਾਂ ਦੀ ਹੈ,
ਅਤੇ ਪੀਰ ਮੁਸਲਮਾਨਾਂ ਦੇ ਜਿਹੜੇ ਮੁਰਸ਼ਦ ਵੱਡੇ ਵਡੇਰੇ ਗੁਰੂ ਹਨ, ਕਿਨੈ ਅੰਤ ਨਾ ਪਾਇਆ, ਕਿਨੈ ਅੰਤ ਨਾ ਪਾਇਆ। ਇਹ ਕਈ ਨੇ ਇਸ ਪ੍ਰਕਾਰ, ਪਰ ਕਿਸੇ ਨੇ ਵੀ ਮਹਾਰਾਜ ਤੇਰਾ ਅੰਤ ਅਖੀਰ ਤੇਰਾ ਓੜਕ ਨੀ ਪਾਉਣਾ ਕੀਤਾ। ਗੁਰਮੁਖ ਨਾਮ ਧਿਆਏ, ਗੁਰਮੁਖ ਨਾਮ ਧਿਆਏ। ਮਹਾਰਾਜ ਜਿਨ੍ਹਾਂ ਨੇ ਗੁਰਮੁਖ ਬਣ ਕੇ ਤੇਰਾ ਨਾਮ ਧਿਆਉਣਾ ਕੀਤਾ, ਸਿਮਰਿਆ ਹੈ ਤੁਝੈ ਸਮਾਇਆ, ਤੁਝੈ ਸਮਾਇਆ, ਉਹ ਤੁਝੈ ਤੇਰੇ ਸਰੂਪ ਵਿੱਚ ਹੀ ਸਮਾ ਗਿਆ, ਲੀਨ ਹੋ ਗਿਆ ਹੈ। ਯੁਗ ਸ਼ਤਹੀ ਗੁਬਾਰ, ਹੇ ਮਹਾਰਾਜ ਸਾਹਿਬ ਸਤਿਗੁਰੂ ਜੀ ਕਹਿੰਦੇ, ਹੇ ਗੁਰਸਿੱਖ ਪਿਆਰਿਓ, ਵੇਖੋ ਜੋ ਛੱਤੀ ਦੀ ਗਿਣਤੀ ਹੈ ਨਾ, ਯੁਗ ਛੱਤੀ ਗੁਬਾਰ, ਵੀ ਪਰਮੇਸ਼ੁਰ ਨਹੀਂ ਛੱਤੀ, ਛੱਤੀ ਗਿਣਤੀ ਹੈ। ਵੈਸੇ ਭਾਵ ਇੱਥੋਂ ਲੈ ਲੈਣਾ ਵੀ ਮਹਾਰਾਜ ਨੇ ਆਪਣੀ ਮਰਜ਼ੀ ਦੇ ਵਿੱਚ ਅਨੇਕਾਂ ਹੀ ਯੁੱਗਾਂ ਦਾ ਸਮਾਂ ਜਦੋਂ ਮਹਾਂਪਰਲੋ ਕੀਤੀ ਸੀ ਅਤੇ ਪਰਲੋ ਰੂਪ ਦੇ ਵਿੱਚ ਗੁਬਾਰ ਹਨੇਰਾ ਹੀ ਪਾ ਛੱਡਿਆ ਸੀ, ਸਭ ਕੁਝ ਮਲੀਆ ਮੇਡ ਕਰ ਦਿੱਤਾ। ਇਸ ਹੀ ਭਾਇਆ, ਜੇ ਕੋਈ ਪੁੱਛੇ ਵੀ ਇਉਂ ਕਿਉਂ ਕੀਤਾ, ਕਹਿੰਦੇ ਵੀ ਇਉਂ ਹੀ ਉਸ ਵਾਹਿਗੁਰੂ ਨੂੰ ਕਰਨਾ ਭਾਇਆ, ਭਾਉਂਦਾ ਹੈ, ਚੰਗਾ ਲੱਗਦਾ ਸੀ, ਭਾਵ ਕੇ ਮਾਲਕ ਦੀ ਮਰਜ਼ੀ ਹੈ, ਜਦੋਂ ਭਾਉਂਦਾ ਹੈ ਸਭ ਕੁਝ ਮੇਟ ਦਿੰਦਾ ਏ। ਜਲਾ ਬਿੰਬ ਅਸਰਾਲ, ਫਿਰ ਜਲਾ ਬਿੰਬ, ਜਲਾ ਸਾਧ ਸੰਗਤ ਪਾਣੀ ਅਰਥ ਹੈ ਤੇ ਬਿੰਬ ਦਾ ਵੀ ਅਰਥ ਪਾਣੀ ਹੈ। ਇੱਥੇ ਦੋ ਰਾਮ ਮਹਾਰਾਜ ਨੇ ਤਾਂ ਕਿਹਾ ਵੀ ਜਦੋਂ ਪਰਲੋ ਦਾ ਸਮਾਂ ਆਉਂਦਾ ਹੈ ਤੇ ਅਸਰਾਲ ਫਿਰ ਬਹੁਤ ਹੀ ਜ਼ਿਆਦਾ ਭਿਆਨਕ, ਜਲਾ ਬਿੰਬ, ਜਲਾ ਬਿੰਬ ਭਾਵ ਪਾਣੀ ਹੀ ਪਾਣੀ ਜੋ ਹੈ। ਤਿਨੈ ਵਰਤਾਇਆ, ਤਿਨੈ ਉਸ ਪਰਮੇਸ਼ਰ ਨੇ ਚਾਰ ਸਫੇਰੇ ਵਰਤਾ ਦਿੱਤਾ ਸੀ, ਭਾਵ ਕਿ ਪਾਣੀ ਹੀ ਪਾਣੀ ਰਹਿ ਜਾਂਦਾ ਹੈ, ਸਭ ਕੁਝ ਗਰਕ ਹੋ ਜਾਂਦਾ ਹੈ। ਬਾਕੀ ਨੀਲ ਅਨੀਲ ਅਗੰਮ, ਨੀਲ ਸਾਧ ਸੰਗਤ ਗਿਣਤੀ ਦਾ ਵਾਚਕ ਹੈ, ਅਨੀਲ ਗਿਣਤੀ ਤੋਂ ਰਹਿਤ ਦਾ ਵਾਚਕ ਹੈ, ਤੇ ਅਗੰਮ ਕਹਿੰਦੇ ਨੇ ਜਿਹਦੀ ਗਮਤਾ ਜਿੱਥੋਂ ਤਾਈਂ ਪਹੁੰਚ ਨਾ ਹੋ ਸਕੇ ਉਹ ਅਗੰਮ ਹੈ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਪੌੜੀ 'ਚ ਵੀ, ਨੀਲ ਅਨੀਲ, ਉਹ ਨੀਲ ਬਹੁਤ ਗਿਣਤੀਆਂ ਵਾਲਾ ਵੱਡਾ, ਅਨੀਲ ਭਾਵ ਅਣਗਿਣਤ ਬੇਅੰਤ ਜੋ ਪਰਮੇਸ਼ਰ ਅਗੰਮ ਗਮਤਾ ਤੋਂ ਰਹਿਤ ਪਰੇ ਹੈ। ਸਰਜੀਤ ਸਵਾਇਆ, ਸਰਜੀਤ ਹੁੰਦਾ ਵੀ ਸੁਰਜੀਤ ਕਰਨਾ, ਸਿਰਜਣਾ, ਸਵਾਇਆ ਸਾਰਿਆਂ ਨੂੰ, ਉਹੀ ਸੁਰਜੀਤ ਕਰਨ ਵਾਲਾ ਸਿਰਜਣ ਵਾਲਾ ਹੈ। ਉਹਨੇ ਜਗਤ ਦੀ ਫਿਰ ਪਰਲੋ ਤੋਂ ਬਾਅਦ ਜਦੋਂ ਉਹਦਾ ਫੁਰਨਾ ਬਣਿਆ ਸਿਰਜਣਾ ਕਰ ਦਿੱਤੇ। ਅਗਨ ਉਪਾਈ ਬਾਦ, ਤੇ ਸਿਰਜਣਾ ਤੋਂ ਬਾਅਦ ਫਿਰ ਮਹਾਰਾਜ ਨੇ ਅਗਨ ਉਪਾਈ ਵਾਦ, ਇੱਕ ਅਰਥ ਤੋਂ ਭਾਵ ਅਗਨ ਅੱਗ, ਅਤੇ ਵਾਦ ਤੋਂ ਭਾਵ ਪੌਣੇ ਆਦਿਕ ਜਿਹੜੇ ਪੰਜ ਤੱਤ ਹਨ ਉਪਾਈ, ਇਹਨਾਂ ਪੰਜਾਂ ਤੱਤਾਂ ਦੁਆਰਾ ਪਰਮੇਸ਼ਰ ਨੇ ਸ੍ਰਿਸ਼ਟੀ ਉਪਾਈ ਪੈਦਾ ਕੀਤੀ, ਜਗਤ ਬਣਾ ਦਿੱਤਾ। ਭੁੱਖਾ ਤਿਹਾਇਆ, ਨਾ ਨਾ ਭੁੱਖ, ਭੁੱਖ ਤਿਹਾਇਆ, ਭੁੱਖ ਤਿਹਾਇਆ, ਤੇ ਭੁੱਖ ਤੇ ਤਿਹਾਇਆ ਜੀਵਾਂ ਦੇ ਸਰੀਰਾਂ ਨੂੰ ਪਿਆਸ ਲਗਾ ਦਿੱਤੀ, ਸੋ ਇਹ ਸਾਰੀ ਖੇਡ ਉਹਨੇ ਬਣਾਈ ਹੈ। ਇਸੇ ਤਰ੍ਹਾਂ ਅਗਨ ਉਪਾਈ ਵਾਦ, ਕਹਿੰਦੇ ਵੀ ਅਗਨ ਤੋਂ ਭਾਵ ਲੈਣਾ ਤ੍ਰਿਸ਼ਨਾ ਦੀ ਅੱਗ, ਤ੍ਰਿਸ਼ਨਾ ਦੀ ਅੱਗ ਵੀ ਉਸ ਮਾਲਕ ਨੇ ਜੀਵਾਂ 'ਚ ਪੈਦਾ ਕੀਤੀ। ਵਾਦ ਹੈ ਝਗੜੇ ਕਲੇਸ਼, ਝਗੜੇ ਕਲੇਸ਼ ਇੱਕ ਮਤਾ ਨਾ ਹੋਣ ਕਰਕੇ ਸਾਰਿਆਂ ਦੇ ਵਿੱਚ ਝਗੜੇ ਪਾ ਦਿੱਤੇ,
ਭੁੱਖ ਅਤੇ ਤਿਹਾਇਆ ਪਿਆਸ ਇਹ ਸਭ ਕੁਝ ਮਾਲਕ ਨੇ ਆਪ ਹੀ ਪੈਦਾ ਕੀਤੀ ਹੈ। ਦੁਨੀਆ ਕੈ ਸਿਰ ਕਾਲ, ਮਹਾਰਾਜ ਕਹਿੰਦੇ ਦੁਨੀਆ ਦੇ ਸਿਰ ਦੇ ਉੱਤੇ ਕਾਲ ਖੜਾ ਕਰ ਦਿੱਤਾ, ਭਾਵ ਕਿ ਮੌਤ, ਮੌਤ ਦਾ ਸਹਿਮ ਸਾਰਿਆਂ ਦੇ ਸਿਰ ਤੇ ਹੈ। ਦੂਜਾ ਭਾਇਆ, ਜਿਨ੍ਹਾਂ ਨੂੰ ਦਵੈਦ ਭਾਇਆ ਭਾਵ ਲਗਾਉਣਾ ਕੀਤਾ, ਜਾਂ ਜਿਹੜੇ ਦੂਜੇ ਪਿਆਰ ਵਿੱਚ ਵਾਹਿਗੁਰੂ ਤੋਂ ਬਗੈਰ ਹੋਰ ਪਾਸੇ ਜੋ ਸ੍ਰਿਸ਼ਟੀ ਪਿਆਰ ਭਾਵਨਾ 'ਚ ਲੱਗੀ ਹੈ, ਉਹਨਾਂ ਦੇ ਸਿਰ ਤੇ ਮਾਰਨ ਵਾਲਾ ਕਾਲ ਖੜਾ ਕਰ ਦਿੱਤਾ। ਉਹ ਇੱਥੇ ਆਤਮਕ ਮੌਤੇ ਮਰਦੇ ਰਹਿੰਦੇ ਨੇ ਤੇ ਬਾਅਦ ਵਿੱਚ ਜੰਮਣ ਮਰਨ ਵਿੱਚ ਪਏ ਰਹਿੰਦੇ ਹਨ। ਰੱਖੈ ਰੱਖਣਹਾਰ, ਰੱਖੈ ਰੱਖਣਹਾਰ, ਉਹਨਾਂ ਨੂੰ ਰੱਖਿਆ ਕਰਨ ਵਾਲਾ ਪਰਮੇਸ਼ਰ ਆਪ ਹੀ ਇਹ ਭੁੱਖ ਤਿਹਾ ਤ੍ਰਿਸ਼ਨਾ ਝਗੜੇ ਕਲੇਸ਼ ਜੰਮਣ ਮਰਨ ਵੱਲੋਂ ਬਚਾ ਕੇ ਰੱਖ ਲੈਂਦਾ ਹੈ। ਜਿਹਨਾਂ ਸ਼ਬਦ ਬੁਝਾਇਆ, ਜਿਹਨਾਂ ਨੂੰ ਵਾਹਿਗੁਰੂ ਨੇ ਗੁਰਾਂ ਦੇ ਦੁਆਰਾ ਆਪਣਾ ਸ਼ਬਦ ਉਪਦੇਸ਼ ਬੁਝਾ ਸਮਝਾ ਦਿੱਤਾ ਹੈ। ਸਲੋਕ ਮਹੱਲਾ ਤੀਜਾ, ਇਹੋ ਜਲ ਸਭ ਤੈ ਵਰਸਦਾ। ਬਾਦਸ਼ਾਹ ਕਹਿੰਦੇ ਹੇ ਭਾਈ, ਜਿਵੇਂ ਪ੍ਰਤੱਖ ਬੱਦਲ ਜਲ ਪਾਣੀ ਵਰਖਾ ਰੂਪ ਸਾਰਿਆਂ ਥਾਵਾਂ ਦੇ ਵਿੱਚ ਵਰਸ ਰਿਹਾ ਹੈ, ਜਦੋਂ ਮੀਂਹ ਪੈਂਦਾ ਹੈ ਉੱਚਾ ਨੀਵਾਂ ਥਾਨ ਵੇਖ ਕੇ ਨੀ ਮੀਂਹ ਵਰਸਦਾ। ਵਰਸੈ ਭਾਏ ਸੁਭਾਏ, ਭਾਏ ਪ੍ਰੇਮ ਨਾਲ ਸੁਭਾਏ ਸੁਭਾਵਕ ਕੀ ਭਾਵ ਕੇ ਬਿਨਾਂ ਵਿਤਕਰੇ ਤੋਂ ਇੱਕ ਰਸ ਸਾਰਿਆਂ ਥਾਵਾਂ ਦੇ। ਜਦ ਵਰਖਾ ਹੁੰਦੀ ਹੈ, ਗਰੀਬ ਅਮੀਰ ਉੱਚਾ ਨੀਵਾਂ ਸਾਰਿਆਂ ਥਾਵਾਂ ਦੇ ਸਭ ਜੀਵਾਂ ਦੇ ਲਈ ਵਰਖਾ ਇੱਕੋ ਜਿਹੀ ਹੁੰਦੀ, ਇਸੇ ਤਰ੍ਹਾਂ ਇਹੋ ਜਲ ਸਭ ਤੈ ਵਰਸਦਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬੱਦਲ ਦੀ ਨਿਆਈ ਹਨ ਤੇ ਮਹਾਰਾਜ ਸਾਹਿਬ ਜੀ ਦਾ ਜੋ ਨਾਮ ਬਾਣੀ ਹੈ, ਨਾਮ ਬਾਣੀ ਦੀ ਵਰਖਾ ਦਾ ਉਪਦੇਸ਼ ਰੂਪੀ ਜਲ ਸਭ ਤੈ ਵਰਸਦਾ, ਸਾਰਿਆਂ ਥਾਵਾਂ ਉੱਤੇ ਵਰਸਦਾ ਵਰਸ ਰਿਹਾ ਹੈ। ਸਭ ਜੀਵਾਂ ਨੂੰ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਵਰਸੈ ਭਾਏ ਸੁਭਾਏ, ਮਹਾਰਾਜ ਭਾਏ ਪ੍ਰੇਮ ਦੇ ਨਾਲ ਸੁਭਾਏ ਸੁਭਾਵਕ ਆਪਣੀ ਮੌਜ ਦੇ ਨਾਲ ਸਾਰਿਆਂ ਜੀਵਾਂ ਦੇ ਉੱਤੇ ਨਾਮ ਬਾਣੀ ਦੇ ਉਪਦੇਸ਼ ਦੀ ਵਰਸੈ ਵਰਖਾ ਕਰਦੇ ਹਨ। ਸੇ ਬਿਰਖਾ ਹਰੀਆਵਲੇ, ਵਰਖਾ ਭਾਵੇਂ ਮਹਾਰਾਜ ਸਾਹਿਬ ਜੀ ਕਹਿੰਦੇ ਸਾਰਿਆਂ ਥਾਵਾਂ ਤੇ ਹੁੰਦੀ ਹੈ ਵਿਤਕਰੇ ਤੋਂ ਬਗੈਰ, ਪਰ ਉਹੀ ਜੀਵਾਂ ਰੂਪੀ ਬਿਰਖਾ ਬ੍ਰਿਸ਼ਾਂ ਦੀ ਨਿਆਈ ਜਿਹੜੇ ਜੀਵ ਹਨ ਹਰੀਆਵਲੇ, ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਸ਼ਹਿਦ ਹੋ ਰਹੇ ਹਨ, ਭਾਵ ਕਿ ਉਹੀ ਜੀਵ ਖਿੜਦੇ ਨੇ ਨੇਕ ਗੁਣਾਂ ਵਾਲੇ ਜੀਵਨ ਅੰਦਰ। ਜੋ ਗੁਰਮੁਖ ਰਹੇ ਸਮਾਏ, ਜਿਹੜੇ ਗੁਰਮੁਖ ਗਣ ਬਣ ਕੇ ਗੁਰਾਂ ਦੇ ਪ੍ਰੇਮ ਨਾਮ ਵਿੱਚ ਸਮਾਏ ਲੀਨ ਹੋਏ ਰਹਿੰਦੇ ਹਨ, ਉਹਨਾਂ ਦੇ ਅੰਦਰ ਹੀ ਸ਼ੁਭ ਗੁਣ ਖਿੜਦੇ ਹਨ। ਨਾਨਕ ਨਜ਼ਰੀ ਸੁਖ ਹੋਏ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਗੁਰਾਂ ਦੀ ਨਜ਼ਰ ਹੋ ਜਾਵੇ ਨਾ ਜਿਹਦੇ ਤੇ, ਸਾਹਿਬਾਂ ਦੀ ਨਜ਼ਰੀ ਨਜ਼ਰ ਦ੍ਰਿਸ਼ਟੀ ਕਰਕੇ ਸੁਖ ਆਨੰਦ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਆਤਮਕ ਆਨੰਦ ਆਤਮਕ ਖੇੜਾ ਮਿਲਦਾ ਹੈ। ਇਹਨਾਂ ਜਨਤਾ ਕਾ ਦੁੱਖ ਜਾਏ, ਇਹਨਾਂ ਇਹ ਜਿਹੜੇ ਜੰਤ ਜੀਵ ਨੇ ਜਗਤ ਦੇ, ਇਹਨਾਂ ਦਾ ਜੰਮਣ ਮਰਨ ਦੇ ਸਹਿਤ ਹਰ ਤਰ੍ਹਾਂ ਦਾ ਦੁੱਖ ਕਸ਼ਟ ਗੁਰਾਂ ਦੀ ਜੇ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਚਲਿਆ ਜਾਂਦਾ ਏ। ਮਹੱਲਾ ਤੀਜਾ, ਭਿੰਨੀ ਰਹਿਣ ਚਮਕਿਆ। ਤੀਸਰੇ ਪਾਤਸ਼ਾਹ ਕਹਿੰਦੇ ਵੇਖੋ ਜਦੋਂ ਭਾਈ ਜਿਵੇਂ ਭਿੰਨੀ ਭਿੱਜੀ ਹੋਈ ਰਹਿਣ, ਭਾਵ ਅੰਮ੍ਰਿਤ ਵੇਲੇ ਦੇ ਸਮੇਂ ਜਦੋਂ ਰਾਤ ਰਹਿ ਜਾਂਦੀ ਹੈ, ਪਹਿਰ ਕ ਰਾਤ, ਡੇਢ ਦੋ ਪਹਿਰ ਰਾਤ ਰਹਿੰਦੀ ਤੋਂ
ਚਮਕਿਆ ਬੱਦਲ ਜਿਹੜਾ ਚਮਕਾਰਾ ਮਾਰਦਾ, ਬਿਜਲੀ ਦੀਆਂ ਲਿਸ਼ਕਾਂ ਪੈਂਦੀਆਂ ਹਨ। ਉਠਾ ਸ਼ਹਿਬਰ ਲਾਏ, ਅਦੇ ਸ਼ਹਿਬਰ ਤਦੋਂ ਝੜੀ ਲਾ ਕੇ ਇੱਕ ਰਸ ਵਰਸਦਾ ਹੈ। ਜਿਤ ਬੁੱਠੇ ਅੰਨ ਧਨ ਬਹੁਤ ਉਪਜੈ, ਜਿਸ ਮੀਂਹ ਦੇ ਬੁੱਠੇ ਵਰਸਣੇ ਕਰਕੇ ਅੰਨ ਅਨਾਜ ਦੇ ਧਨ ਆਦਿਕ ਬੇਅੰਤੀ ਬਹੁਤਾ ਹੀ ਉਪਜੇ ਪੈਦਾ ਹੁੰਦਾ, ਕਿਉਂਕਿ ਜਿੰਨਾ ਅੰਨ ਪੈਦਾ ਹੋਵੇਗਾ ਓਨਾ ਹੀ ਫਿਰ ਧਨ ਬਣਦਾ ਹੈ। ਜਾਂ ਸਹੁ ਕਰੀ ਰਜਾਏ, ਪਰ ਮੀਂਹ ਉਦੋਂ ਪੈਂਦਾ, ਬੱਦਲ ਉਦੋਂ ਵਰਖਦੇ ਜਦੋਂ ਸਹੁ ਪਤੀ ਅਕਾਲ ਪੁਰਖ ਜੋ ਹੈ ਉਹ ਬੱਦਲਾਂ ਨੂੰ ਵਰਸਣੇ ਦੀ ਆਗਿਆ ਕਰਦਾ ਏ। ਜਿਤ ਖਾਧੈ ਮਨ ਤ੍ਰਿਪਤੀ ਹੈ, ਵਰਖਾ ਤੋਂ ਬਾਅਦ ਜਿਸ ਅੰਨ ਅਨਾਜ ਦੀ ਬਹੁਤਲਤਾ ਹੁੰਦੀ ਹੈ, ਜਿਸ ਅੰਨ ਦੇ ਖਾਣੇ ਕਰਕੇ ਮਨ ਤ੍ਰਿਪਤੀ ਹੈ, ਮਨ ਚਿੱਤ ਦੀ ਤ੍ਰਿਪਤੀ ਹੁੰਦੀ ਹੈ, ਭਾਵ ਕੇ ਜੀਵਾਂ ਦੇ ਸਰੀਰ ਨੂੰ ਸੁੱਖ ਮਿਲਦਾ ਏ। ਜੀਆਂ ਜੁਗਤ ਸਮਾਏ, ਕਿਉਂਕਿ ਅੰਨ ਅਨਾਜ ਦੇ ਵਿੱਚ ਹੀ ਸਾਰੇ ਜੀਵਾਂ ਦੇ ਜਿਉਣ ਦੀ ਜਿਹੜੀ ਜੁਗਤੀ ਸਮਾਈ ਹੋਈ ਹੈ, ਭਾਵ ਕੇ ਅੰਨ ਨਾਲ ਹੀ ਜੀਵਨ ਚੱਲਦਾ ਹੈ, ਸੋ ਅੰਨ ਕਰਕੇ ਹੀ ਜ਼ਿੰਦਗੀ ਚੱਲਦੀ ਏ। ਇਹੋ ਧਨ ਕਰਤੇ ਕਾ ਖੇਲ ਹੈ, ਇਹ ਮਹਾਰਾਜ ਕਹਿੰਦੇ ਵੀ ਅਨਾਜ ਰੂਪੀ ਧਨ ਰਚਨਹਾਰ ਪਰਮੇਸ਼ਰ ਦੀ ਇੱਕ ਖੇਡ ਹੈ। ਕਦੇ ਆਵੇ ਕਦੇ ਜਾਏ, ਪ੍ਰਾਲਬਧ ਅਨੁਸਾਰ ਕਦੀ ਜੀਵਾਂ ਕੋ ਬਹੁਤਾ ਆ ਜਾਂਦਾ ਏ, ਕਦੀ ਚਲੇ ਜਾਂਦਾ, ਭਾਵ ਛੁੜ ਪੈ ਜਾਂਦੀ ਹੈ। ਇਸੇ ਪ੍ਰਕਾਰ ਇਹਦਾ ਅੰਤਰੀ ਭਾਵ ਕਹਿੰਦੇ ਨੇ, ਭਿੰਨੀ ਰਹਿਣ ਚਮਕਿਆ, ਭਿੰਨੀ ਰਹਿਣ ਚਮਕਿਆ। ਸਾਹਿਬ ਕਹਿੰਦੇ ਵੀ ਜਿਹੜਾ ਜਗਿਆਸੂ ਹੈ, ਇਹਦੇ ਵਿੱਚ ਜੋ ਸ਼ਰਧਾ ਏ, ਜੋ ਪ੍ਰੇਮ ਹੈ, ਇਹੀ ਮਾਨੋ ਵੀ ਇਹਦੀ ਅਵਸਥਾ ਰੂਪੀ ਰਹਿਣ ਰਾਤ ਭਿੱਜੀ ਹੋਈ ਹੈ, ਤੇ ਭਿੰਨੀ ਰਹਿਣ ਚਮਕਿਆ। ਜਦੋਂ ਜਗਿਆਸੂ ਦੇ ਪ੍ਰੇਮ ਦੀ ਭਿੱਜੀ ਹੋਈ ਜਿਹੜੀ ਜ਼ਿੰਦਗੀ ਹੈ, ਇਸ ਜ਼ਿੰਦਗੀ ਰੂਪੀ ਰਾਤ ਦੇ ਵਿੱਚ ਗੁਰੂ ਸਾਹਿਬ ਰੂਪੀ ਬੱਦਲ ਚਮਕ ਪਿਆ, ਭਾਵ ਮਹਾਰਾਜ ਸਾਹਿਬ ਜੀ ਪ੍ਰਤੱਖ ਦਿਸ ਪਏ, ਸਾਖਿਆਤ ਹੋ ਗਏ। ਉਠਾ ਸ਼ਹਿਬਰ ਲਾਏ, ਤਦੋਂ ਗੁਰੂ ਰੂਪੀ ਬੱਦਲ ਨੇ ਝੜੀ ਲਾ ਕੇ ਮਹਾਰਾਜ ਸਾਹਿਬ ਕਹਿੰਦੇ ਬੁੱਠਾ ਸ਼ਹਿਬਰ ਲਾਏ, ਜੋ ਉਕਤੀਆਂ ਜੁਗਤੀਆਂ ਨਾਲ ਜੀਵ ਨੂੰ ਸਮਝਾਉਂਦੇ ਨੇ ਨਾ ਵੀ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੂੰ ਫਕੜੇ ਸਾ ਮੁਕਦੀ ਚੱਲੀ ਰਹਿਣ, ਇਹ ਉਗਤੀਆਂ ਜੁਗਤੀਆਂ ਰੂਪੀ ਇੱਕ ਰਸ ਨਾਮ ਦੀ ਅੰਮ੍ਰਿਤ ਦੀ ਵਰਖਾ ਕੀਤੀ ਮਹਾਰਾਜ ਨੇ, ਜਿਵੇਂ ਝੜੀ ਲੱਗਦੀ ਹੈ। ਚਿਤ ਬੁੱਠੈ ਅੰਨ ਧਨ ਬਹੁਤ ਉਪਜੈ, ਜਿਸ ਗੁਰੂ ਮਹਾਰਾਜ ਸਾਹਿਬ ਰੂਪੀ ਬੱਦਲ ਦੇ ਵਰਸਣੇ ਕਰਕੇ, ਜਿਸ ਗੁਰਾਂ ਦੇ ਉਪਦੇਸ਼ ਦੇਣੇ ਕਰਕੇ, ਨਾਮ ਦੀ ਸਿੱਖਿਆ ਦੇਣੇ ਕਰਕੇ ਅੰਨ ਧਨ ਬਹੁਤ ਉਪਜੈ, ਸ਼ੁਭ ਗੁਣਾਂ ਰੂਪੀ ਅੰਨ ਅਨਾਜ ਅਤੇ ਨਾਮ ਰੂਪੀ ਧਨ ਜੋ ਹੈ ਬਹੁਤ ਉਪਜਾਏ, ਬੁੱਧੀ ਰੂਪੀ ਧਰਤੀ ਦੇ ਵਿੱਚ ਬਹੁਤ ਹੀ ਜ਼ਿਆਦਾ ਪੈਦਾ ਹੁੰਦਾ, ਭਾਵ ਅੰਦਰ ਸ਼ੁਭ ਗੁਣ ਪੈਦਾ ਹੋ ਜਾਂਦੇ ਨੇ, ਨਾਮ ਵਾਹਿਗੁਰੂ ਦਾ ਮਤ ਦੇ ਵਿੱਚ ਵਸ ਜਾਂਦਾ ਏ। ਪਰ ਗੁਰੂ ਰੂਪੀ ਬੱਦਲ ਸਾਡੀ ਬੁੱਧ ਮਤ ਰੂਪੀ ਧਰਤੀ ਦੇ ਉਦੋਂ ਹੀ ਉਪਦੇਸ਼ ਦੀ ਵਰਖਾ ਕਰਦਾ ਜਦੋਂ ਵਾਹਿਗੁਰੂ ਆਪ ਆਗਿਆ ਕਰਦਾ, ਜਦੋਂ ਮਾਲਕ ਦੀ ਰਜਾ ਹੁੰਦੀ ਹੈ। ਜਿਤ ਖਾਧੈ ਮਨ ਤ੍ਰਿਪਤੀ ਹੈ, ਜੇ ਸ਼ੁਭ ਗੁਣਾ ਰੂਪੀ ਅਨਾਜ ਨੂੰ ਖਾਣ ਕਰਕੇ, ਨਾਮ ਰੂਪੀ ਧਨ ਦੇ ਖਾਧੇ ਖਾਣੇ ਕਰਕੇ, ਭਾਵ ਕੇ ਗੁਣ ਧਾਰਨ ਕੀਤਿਆਂ ਨਾਮ ਦਾ ਅਭਿਆਸ ਕਰਨ ਦੇ ਨਾਲ ਮਨ ਤ੍ਰਿਪਤੀ ਹੈ, ਮਨ ਤ੍ਰਿਪਤ ਹੁੰਦਾ ਹੈ ਆਤਮਕ ਸ਼ਾਂਤੀ ਦੇ ਸਹਿਤ। ਜੀਆਂ ਜੁਗਤ ਸਮਾਏ, ਤੇ ਫਿਰ ਜੀਆਂ ਜੁਗਤ ਸਮਾਏ, ਜਿਹੜੇ ਜੀਵ ਹਨ ਇਹਨਾਂ ਦੇ ਪਰਮੇਸ਼ਰ ਨਾਲ ਸਮਾਉਣ ਦੀ
ਭਗਤੀ ਸਹਿਤ ਗਿਆਨ ਨੂੰ ਧਾਰਨ ਦੀ ਯੁਗਤੀ ਜਗਿਆਸੂਆਂ ਦੇ ਹਿਰਦਿਆਂ 'ਚ ਸਮਾ ਜਾਂਦੀ, ਵਾਹਿਗੁਰੂ ਨਾਲ ਮਿਲਣ ਦਾ ਢੰਗ ਪ੍ਰਾਪਤ ਹੋ ਜਾਂਦਾ ਏ। ਇਹੋ ਧਨ ਕਰਤੇ ਕਾ ਖੇਲ ਹੈ। ਉਂਝ ਮਹਾਰਾਜ ਕਹਿੰਦੇ ਵੀ ਇਹ ਪ੍ਰਤੱਖ ਧਨ ਜੋ ਹੈ ਪਦਾਰਥ, ਇਹ ਤਾਂ ਕਰਤੇ ਪੁਰਖ ਦਾ ਇੱਕ ਖੇਲ ਮਾਤਰ ਹੈ, ਉਸ ਵਾਹਿਗੁਰੂ ਦੀ ਇੱਕ ਖੇਡ ਹੈ ਜਿਹਦੇ ਮਗਰ ਜੀਵ ਨਾਮ ਰੂਪੀ ਧਨ ਨੂੰ ਭੁਲਾ ਦਿੰਦਾ ਏ। ਕਦੇ ਆਵੇ ਕਦੇ ਜਾਵੇ, ਤੇਰੇ ਪਰਲਬਧ ਅਨੁਸਾਰ ਕਦੀ ਬਹੁਤ ਆ ਜਾਂਦਾ ਏ, ਪਰਲਬਧ ਖਤਮ ਹੋਇਆ ਕਦੀ ਨਾਸ ਹੋ ਜਾਂਦਾ ਚਲਿਆ ਜਾਂਦਾ ਹੈ। ਗਿਆਨੀਆਂ ਕਾ ਧਨ ਨਾਮ, ਇਸ ਕਰਕੇ ਗਿਆਨਵਾਨ ਪੁਰਖ ਇਸ ਧਨ ਦੇ ਨਾਲ ਆਪਣਾ ਬਹੁਤਾ ਮੋਹ ਨਹੀਂ ਕਰਦੇ, ਕਿਉਂਕਿ ਗਿਆਨਵਾਨ ਪੁਰਖਾਂ ਦਾ ਅਸਲੀ ਧਨ ਵਾਹਿਗੁਰੂ ਦਾ ਨਾਮ ਹੀ ਹੈ, ਕਿਉਂਕਿ ਬ੍ਰਹਮ ਗਿਆਨੀਆਂ ਨੇ ਜੀਵਨ ਮੁਕਤੀ ਦੇ ਦੇਣ ਵਾਲਾ ਵਾਹਿਗੁਰੂ ਦਾ ਨਾਮ ਸਮਝਿਆ ਹੈ। ਸਦ ਹੀ ਰਹੇ ਸਮਾਏ, ਜੋ ਨਾਮ ਰੂਪੀ ਧਨ ਸਦਾ ਹਿਰਦੇ 'ਚ ਸਮਾਇਆ ਰਹਿੰਦਾ, ਕਦੀ ਨਾਸ ਨਹੀਂ ਹੁੰਦਾ, ਜਾਂ ਜਿਨ੍ਹਾਂ ਕੋਲ ਨਾਮ ਰੂਪੀ ਧਨ ਹੈ ਉਹਨਾਂ ਗਿਆਨਵਾਨ ਪੁਰਖਾਂ ਦਾ ਸਦਾ ਹੀ ਨਾਮ ਵਿੱਚ ਹੀ ਸਮਾਉਣਾ ਹੁੰਦਾ ਹੈ, ਨਾਮ ਵਿੱਚ ਲੀਨ ਰਹਿੰਦੇ ਹਨ। ਨਾਨਕ ਜਿਨ ਕੋ ਨਜ਼ਰ ਕਰੇ, ਧੰਨ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ, ਮਿਹਰ ਕਰਦਾ ਏ, ਤਾਂ ਇਹੋ ਧੰਨ ਪੱਲੇ ਪਾਏ, ਤਾਂ ਉਹ ਮਿਹਰ ਦਾ ਸਦਕਾ ਉਹਨਾਂ ਦੇ ਹਿਰਦੇ ਰੂਪੀ ਪੱਲੇ ਦੇ ਵਿੱਚ ਨਾਮ ਰੂਪੀ ਧੰਨ ਪੈਂਦਾ ਪ੍ਰਾਪਤ ਹੁੰਦਾ ਏ। ਪੌੜੀ ਆਪ ਕਰਾਏ ਕਰੇ ਆਪ, ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਵਾਹਿਗੁਰੂ ਆਪ ਹੀ ਸਾਰੇ ਕਰਮ ਜੀਵਾਂ ਕੋ ਕਰਾ ਰਿਹਾ ਹੈ, ਪ੍ਰੇਰ ਕੇ ਕਰੇ ਆਪ ਵਿੱਚ ਬੈਠਾ ਆਪ ਹੀ ਸਾਰਾ ਕੁਝ ਕਰ ਰਿਹਾ ਹੈ। ਓ ਕੈਸੇ ਓ ਕਰੀ ਪੁਕਾਰ, ਇਸ ਲਈ ਮੈਂ ਵਾਹਿਗੁਰੂ ਤੋਂ ਬਗੈਰ ਕਿਹਦੇ ਕੋਲ ਜਾ ਕੇ ਫਰਿਆਦ ਕਰਨੀ ਹੈ, ਕਿਹਦੇ ਅੱਗੇ ਅਰਦਾਸ ਕਰਾਂ। ਆਪੇ ਲੇਖਾ ਮੰਗ ਸੀ, ਆਪ ਹੀ ਵਾਹਿਗੁਰੂ ਜੀਵਾਂ ਦੇ ਕੋਲੋਂ ਤਿੰਨਾਂ ਗੁਣਾਂ ਰਾਜਸੀ ਤਾਮਸੀ ਸਾਂਦਕੀ ਸੁਭਾਵਾਂ ਵਾਲਿਆਂ ਦੇ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਮੰਗਵਾਏ। ਆਪ ਕਰਾਏ ਕਾਰ, ਆਪ ਹੀ ਵਾਹਿਗੁਰੂ ਤ੍ਰੇ ਗੁਣੀ ਜੀਵਾਂ ਦੇ ਕੋਲੋਂ ਸਾਰੀ ਵਾਸਨਾ ਅਨੁਸਾਰ ਕਾਰ ਵਿਹਾਰ ਚੰਗੇ ਮੰਦੇ ਕੰਮ ਕਾਰਜ ਕਰਾਉਂਦਾ ਏ। ਜੋ ਤਿਸ ਭਾਵੈ ਸੋ ਥੀਐ, ਜਿਹੜਾ ਕੁਝ ਵਾਹਿਗੁਰੂ ਨੂੰ ਮਹਾਰਾਜ ਜੀ ਕਹਿੰਦੇ ਭਾਉਂਦਾ ਚੰਗਾ ਲੱਗਦਾ ਹੈ, ਸੋ ਥੀ ਹੈ, ਉਹੀ ਹੁੰਦਾ ਹੈ ਤਿੰਨਾਂ ਸਮਿਆਂ 'ਚ। ਹੁਕਮ ਕਰੇ ਗਵਾਰ, ਇਹ ਗਵਾਰ ਬੇਸਮਝ ਮੂਰਖ ਹੈ, ਵੀ ਪਰਮੇਸ਼ਰ ਤੇ ਹੁਕਮ ਕਰਦਾ ਵੀ ਆਹ ਨਹੀਂ ਹੋਣਾ ਚਾਹੀਦਾ ਸੀ, ਆਹ ਕਿਉਂ ਹੋ ਗਿਆ, ਐਂ ਕਿਉਂ ਹੋ ਗਿਆ, ਉਹ ਮਾਲਕ ਦੀ ਮਰਜ਼ੀ ਆਪਣੀ ਮਰਜ਼ੀ ਨਾਲ ਤਿੰਨੇ ਕਾਲ ਕਰਦਾ, ਜਾਂ ਜੋ ਕੁਝ ਕਰਦਾ ਸਾਹਿਬ ਕਹਿੰਦੇ ਪਰਮੇਸ਼ਰ ਕਰਦਾ, ਪਰ ਇਹ ਬੇਸਮਝ ਜੀਵ ਹੋਰ ਜੀਵਾਂ ਦੇ ਹੁਕਮ ਚਲਾਉਂਦਾ ਹੈਂਕੜਬਾਜ਼ੀ 'ਚ। ਆਪ ਛਡਾਏ ਛੁੱਟੀ ਹੈ, ਆਪ ਛਡਾਏ, ਜੇ ਵਾਹਿਗੁਰੂ ਆਪ ਹੀ ਨਾਮ ਅਮਰ ਦੀ ਦਾਤ ਬਖਸ਼ ਕੇ ਗੁਰਾਂ ਦੁਆਰਾ, ਤੇ ਸਾਹਿਬ ਜੀ ਕਹਿੰਦੇ ਸ਼ੁਭ ਗੁਣਾਂ ਦੀਆਂ ਦਾਤਾਂ ਦੇ ਕੇ ਵਿਸ਼ੇ ਵਿਕਾਰਾਂ ਵੱਲੋਂ ਛਡਾ ਲਵੇ, ਜੰਮਣ ਮਰਨ ਵੱਲੋਂ ਛੁਡਾ ਲਵੇ, ਛੁੱਟੀ ਹੈ ਤਦੋਂ ਹੀ ਛੁਟਕਾਰਾ ਪਾਉਣਾ ਕਰੀਦਾ ਹੈ। ਆਪੇ ਬਖਸ਼ਣ ਹਾਰ, ਤੇ ਆਪ ਹੀ ਵਾਹਿਗੁਰੂ ਸਤਿਗੁਰੂ ਰੂਪ ਹੋ ਗਏ ਸਾਰੇ ਗੁਨਾਹਾਂ ਨੂੰ ਬਖਸ਼ਣ ਵਾਲਾ ਏ, ਜਾਂ ਆਪ ਛੁਡਾਏ, ਜਦੋਂ ਵਾਹਿਗੁਰੂ ਆਪ ਗੁਰਾਂ ਦੁਆਰਾ ਮਾੜੇ ਕੰਮ ਕਰਨ ਵੱਲੋਂ ਛੁਡਾ ਲੈਂਦਾ ਏ, ਤਦੋਂ ਹੀ ਫਿਰ ਜੰਮਣ ਮਰਨ ਵੱਲੋਂ ਵੀ ਛੁੱਟੀ ਦਾ ਹੈ, ਪਰ ਬਖਸ਼ਦਾ ਵਾਹਿਗੁਰੂ ਆਪ ਹੀ ਹੈ ਗੁਰੂ ਰੂਪ ਹੋ ਕੇ। ਆਪੇ ਵੇਖੈ ਸੁਣੇ ਆਪ, ਆਪ ਹੀ ਸਾਰੇ ਜੀਵਾਂ ਨੂੰ ਵੇਖਦਾ ਭਾਵ ਕੇ ਸਭ ਦੀ ਸੰਭਾਲ ਕਰ ਰਿਹਾ ਹੈ, ਸੁਣੇ ਆਪ, ਆਪ ਹੀ ਸਾਰਿਆਂ ਦੀਆਂ ਗੱਲਾਂ ਸਾਰੀਆਂ ਦੀਆਂ ਅਰਦਾਸਾਂ ਦੁੱਖ ਸੁਣਦਾ ਏ। ਸਭ ਸਹਿ ਦੇ ਆਧਾਰ, ਤੇ ਸਾਰੇ ਹੀ ਜਿਹੜੇ ਜੀਵ ਹਨ
ਉਹਨਾਂ ਦੇ ਜੀਵਨ ਨੂੰ ਆਪ ਹੀ ਆਧਾਰ ਦੇ ਰਿਹਾ ਹੈ ਅੰਨ ਅਨਾਜ ਖਾਣ ਪਾਣ ਦੇ ਦੁਆਰਾ। ਸਭ ਮਹਿ ਏਕ ਵਰਤਦਾ, ਸਾਰਿਆਂ ਦੇ ਵਿੱਚ ਇੱਕ ਅਦਵੈਤ ਨੂੰ ਵਾਹਿਗੁਰੂ ਹੀ ਵਰਤ ਰਿਹਾ ਮੌਜੂਦ ਹੈ ਜੀਆਂ ਦੇ ਅੰਦਰ। ਸਿਰ ਸਿਰ ਕਰੇ ਵਿਚਾਰ, ਸਿਰ ਸਿਰ ਤੋਂ ਭਾਵ ਸਿਰ ਬਸਿਰ ਹਰ ਇੱਕ ਜੀਵਾਂ ਦੇ ਕਰਮਾਂ ਦਾ ਵਿਚਾਰ ਨਿਰਣਾ ਕਰਦਾ, ਹਰ ਇੱਕ ਦਾ ਧਿਆਨ ਰੱਖਦਾ ਹੈ ਵੀ ਕੌਣ ਕੀ ਕਰ ਰਿਹਾ ਤੇ ਕੌਣ ਕੀ ਕਰਦਾ ਹੈ। ਗੁਰਮੁਖ ਆਪ ਵਿਚਾਰੀਐ, ਮਹਾਰਾਜ ਸਾਹਿਬ 1283 ਅੰਗ ਤੇ ਕਹਿੰਦੇ ਵੀ ਜਿਹੜੇ ਗੁਰਮੁਖ ਨੇ ਉਹਨਾਂ ਦੀ ਸੰਗਤ ਕਰਕੇ ਜਾਂ ਗੁਰੂ ਸਾਹਿਬ ਦੁਆਰਾ ਗੁਰਮੁਖ ਬਣ ਕੇ ਆਪ ਵਿਚਾਰੀਐ, ਆਪਣੇ ਆਤਮ ਸਰੂਪ ਦੀ ਵਿਚਾਰ ਕਰੀਏ ਵੀ ਅਸੀਂ ਹੈ ਕੌਣ, ਕਿੱਥੋਂ ਆਏ ਹਾਂ। ਲੱਗੈ ਸੱਚ ਪਿਆਰ, ਤਦੋਂ ਹੀ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਸੱਚੇ ਪਰਮੇਸ਼ਰ ਦੇ ਨਾਲ ਪਿਆਰ ਪ੍ਰੇਮ ਲੱਗਦਾ ਹੈ, ਜਦੋਂ ਪਤਾ ਕਰੀਏ ਵੀ ਆਤਮਾ ਦੇ ਪਰਮਾਤਮਾ ਇੱਕ ਹੀ ਹੈ। ਨਾਨਕ ਕਿਸਨੋ ਆਖੀਐ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਕਹਿੰਦੇ ਵੀ ਹੋਰ ਕਿਸ ਨੂੰ ਕਿਹਨੂੰ ਜਾ ਕੇ ਕੁਝ ਆਖਣਾ ਕਹਿਣਾ ਕਰੀਏ ਵੀ ਸਾਨੂੰ ਪਦਾਰਥ ਦੇ ਸਾਡੇ ਦੁੱਖ ਦੂਰ ਕਰ। ਆਪੇ ਦੇ ਬਣਹਾਰ, ਉਹ ਪਰਮੇਸ਼ਰ ਆਪ ਹੀ ਬ੍ਰਹਮ ਗਿਆਨ ਦੀਆਂ ਸ਼ਰਧਾ ਭਗਤੀ ਪਦਾਰਥਾਂ ਦੀਆਂ ਨਾਮ ਦੀਆਂ ਦਾਤਾਂ ਦੇ ਦੇਣ ਵਾਲਾ ਹੈ। ਸਲੋਕ ਮਹੱਲਾ ਤੀਜਾ, ਬਾਬੀਹਾ ਇਹੋ ਜਗਤ ਹੈ। ਇਹ ਜਦ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸਾਧ ਸੰਗਤ ਜਿਵੇਂ ਪਿਛੇ ਵਾਰ ਵਿੱਚ ਕਈ ਥਾਵਾਂ ਤੇ ਬਾਬੀਹਾ ਪਦ ਸ਼ਬਦ ਵਰਤਿਆ ਹੈ ਨਾ, ਤਾਂ ਇੱਕ ਸਿੱਖ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਬਾਣੀ ਦਾ ਉਪਦੇਸ਼ ਦੇਣ ਸਮੇਂ ਬਬੀਆ ਸ਼ਬਦ ਬਹੁਤ ਵਰਤਦੇ ਹੋ ਅਤੇ ਪਿੱਛੇ ਵਰਤਦੇ ਆਏ ਹੋ, ਅਤੇ ਸਵਾਂਤੀ ਬੂੰਦ ਪੀਣ ਵਾਲੇ ਨੂੰ ਬਬੀਆ ਕਹਿੰਦੇ ਹੋ, ਮਹਾਰਾਜ ਤੁਸੀਂ ਜਿਹੜਾ ਇਹ ਨਾਮ ਵਰਤ ਰਹੇ ਹੋ ਜਾਂ ਬਬੀਹਾ ਹੋਰ ਕੋਈ ਅਰਥ ਹੈ, ਤਾਂ ਗੁਰੂ ਅਮਰਦਾਸ ਸਾਹਿਬ ਬਬੀਹੇ ਦੇ ਅਰਥ ਕਰਦੇ ਨੇ ਵੀ ਅਸੀਂ ਕਿਹਨੂੰ ਬਾਬੀਹਾ ਗੁਰਬਾਣੀ 'ਚ ਆਖ ਰਹੇ ਹਾਂ। ਬਾਬੀਹਾ ਇਹੋ ਜਗਤ ਹੈ ਭਾਈ, ਇਹੋ ਇਹ ਜਗਤ ਸੰਸਾਰ ਭਾਵ ਲੈਣਾ, ਸੰਸਾਰ ਦਾ ਜੋ ਜਿੰਨੇ ਵੀ ਜੀਵ ਹਨ ਇਹ ਜੀਵ ਹੀ ਬਾਬੀਹਾ ਪਪੀਆ ਕਿਹਾ ਹੈ ਅਸੀਂ। ਮਤ ਕੋ ਭਰਮ ਭੁਲਾਏ, ਮਤ ਮਤਾਂ ਕੋਈ ਭਰਮ ਵਿੱਚ ਭੁਲਾਏ, ਭੁੱਲਣਾ ਕਰੇ ਵੀ ਕਿਸੇ ਹੋਰ ਸਵਾਂਤੀ ਬੂੰਦ ਪੀਣ ਵਾਲੇ ਪਪੀਹੇ ਨੂੰ ਅਸੀਂ ਸਿੱਖਿਆ ਦੇ ਰਹੇ ਹਾਂ, ਇਹ ਸਿੱਖਿਆ ਜੋ ਸੰਬੋਧਨ ਹੈ ਜੀਵਾਂ ਨੂੰ ਹੈ, ਜੀਵ ਹੀ ਬਬੀਆ ਹੈ, ਇਹੋ ਬਾਬੀਹਾ ਪਸ਼ੂ ਹੈ। ਮਹਾਰਾਜ ਕਹਿੰਦੇ ਜਿਹੜਾ ਇਹ ਬਾਹਰਲਾ ਬਾਬੀਹਾ ਪਪੀਆ ਹੈ ਇਹਦੇ ਪਸ਼ੂ ਡੰਗਰ ਦੀ ਨੀ ਆਈ ਬੇਸਮਝ ਹੈ, ਇਸ ਨੂੰ ਬੁੱਝਣ ਨਾ, ਉਹਨੂੰ ਅਸੀਂ ਕੀ ਸਿੱਖਿਆ ਦੇਣੀ ਸੀ, ਉਹਨੂੰ ਤਾਂ ਕੋਈ ਬੁੱਝਣ ਸਮਝਣ ਦੀ ਕੋਈ ਸਮਰੱਥਾ ਹੀ ਨਹੀਂ ਹੈ, ਉਹ ਕੁਝ ਸਮਝ ਹੀ ਨਹੀਂ ਸਕਦਾ। ਅਸੀਂ ਤਾਂ ਜਗਤ ਨੂੰ ਜਗਤ ਦੇ ਜੀਵਾਂ ਨੂੰ ਪਪੀਆ ਕਹਿ ਕੇ ਸੰਬੋਧਨ ਕੀਤਾ ਹੈ ਜਾਂ ਇਸੇ ਤਰ੍ਹਾਂ ਇਹੋ ਬਾਬੀਹਾ ਪਸ਼ੂ ਹੈ। ਬਾਬੀਹਾ ਮਹਾਰਾਜ ਸਾਹਿਬ ਕਹਿੰਦੇ ਵੀ ਇਹ ਜਿਹੜਾ ਜੀਵ ਰੂਪੀ ਬਬੀਆ ਹੈ ਨਾ ਇਹ ਪਸ਼ੂ ਦੀ ਨਿਆਈ ਹੋ ਰਿਹਾ ਹੈ, ਇਸ ਨੂੰ ਬੁੱਝਣ ਨਾ, ਇਹਨੂੰ ਬੁੱਝਣ ਦੀ ਸਮਰੱਥਾ ਹੀ ਨਹੀਂ ਹੈ ਵੀ ਮੈਂ ਵਾਹਿਗੁਰੂ ਦੀ ਅੰਸ਼ ਹਾਂ। ਅੰਮ੍ਰਿਤ ਹਰ ਕਾ ਨਾਮ ਹੈ, ਅਮਰ ਕਰਨ ਵਾਲਾ ਹਰੀ ਪਰਮੇਸ਼ਰ ਦਾ ਨਾਮ ਇਹੀ ਸਵਾਂਤੀ ਬੂਦ ਹੈ ਜੀਵ ਰੂਪੀ ਪਪੀਹਿਆਂ ਵਾਸਤੇ, ਜਿਤ ਪੀਤੈ ਤਿਖ ਜਾਇ, ਜਿਸ ਨਾਮ ਦੇ ਸਵਾਂਤੀ ਬੂੰਦ ਰੂਪੀ ਅੰਮ੍ਰਿਤ ਨੂੰ ਪੀਣੇ ਕਰਕੇ ਜੀਵਾਂ ਦੀ ਤ੍ਰਿਸ਼ਨਾ ਰੂਪੀ ਜਿਹੜੀ ਤਿਖ ਤਰੇ ਚਲੀ ਜਾਂਦੀ ਦੂਰ ਹੁੰਦੀ ਹੈ। ਨਾਨਕ ਗੁਰਮੁਖ
ਜਿਨ ਪੀਆ। ਤੀਸਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰਮੁਖ ਬਣ ਕੇ ਅਧਿਕਾਰੀਆਂ ਨੇ ਗੁਰਾਂ ਦੁਆਰਾ ਇਹ ਨਾਮ ਅਮਰ ਦੀ ਸਵਾਂਤੀ ਬੂੰਦ ਨੂੰ ਪੀਤਾ ਹੈ, ਪੀਣਾ ਕੀਤਾ ਏ, ਬਹੁੜ ਨਾ ਲੱਗੀ, ਉਹਨਾਂ ਨੂੰ ਮੁੜ ਕੇ ਤ੍ਰਿਸ਼ਨਾ ਰੂਪੀ ਪਿਆਸ ਨੀ ਲੱਗਦੀ, ਭਾਵ ਕੇ ਉਹਨਾਂ ਨੂੰ ਦੁੱਖ ਨੀ ਹੁੰਦਾ। ਫਿਰ ਮਹੱਲਾ ਤੀਜਾ, ਮਲਾਰ ਸੀਤਲ ਰਾਗ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਭਾਵੇਂ ਮਲਾਰ ਸੀਤਲ ਰਾਗ ਹੈ, ਵੀ ਇਹ ਬੜਾ ਹੀ ਠੰਡਾ ਰਾਗ, ਠੰਡ ਦੇ ਪਾਉਣ ਵਾਲਾ ਹੈ। ਕਹਿੰਦੇ ਮਲਾਰ ਰਾਗ ਦਾ ਕੀਰਤਨ ਪੂਰਨ ਭਿੱਜ ਕੇ ਕੀਤਾ ਜਾਵੇ ਤਾਂ ਬਾਹਰ ਹੀ ਵਰਖਾ ਹੋਣ ਲੱਗ ਪੈਂਦੀ, ਮੀਂਹ ਪੈਣ ਲੱਗ ਪੈਂਦਾ ਹੈ, ਐਸੀ ਇਸ ਰਾਗ ਦੇ ਵਿੱਚ ਸ਼ਕਤੀ ਹੈ। ਭਾਵੇਂ ਸੀਤਲ ਰਾਗ ਹੈ, ਠੰਡਾ ਰਾਗ ਹੈ, ਇਹਦੇ ਗਾਇਆ ਚੰਗੀ ਤਰ੍ਹਾਂ ਮੀਂਹ ਵੀ ਪੈ ਜਾਂਦਾ ਏ। ਹਰ ਧਿਆਇਐ ਸਾਂਤ ਹੋਏ, ਪਰ ਇਸ ਨੂੰ ਗਾਇਨ ਕਰਕੇ ਇਸ ਦੁਆਰਾ ਜੇ ਹਰੀ ਪਰਮੇਸ਼ਰ ਨੂੰ ਧਿਆਉਣਾ ਕਰੀਏ ਨਾ ਤਾਂ ਹੀ ਜੀਵ ਨੂੰ ਆਤਮਕ ਸ਼ਾਂਤੀ ਹੁੰਦੀ ਹੈ। ਅਸਲੀ ਠੰਡ ਤਾਂ ਜੇ ਰਾਗ ਦੁਆਰਾ ਰੱਬ ਦੇ ਗੁਣ ਗਾਈਏ ਤਾਂ ਪੈਂਦੀ ਹੈ। ਹਰ ਜੀਉ ਆਪਣੀ ਕਿਰਪਾ ਕਰੇ, ਕਿਰਪਾ ਹਰ ਜੀਉ ਆਪਣੀ ਕਿਰਪਾ ਕਰੇ, ਹਰ ਜੀਉ ਆਪਣੀ ਕਿਰਪਾ ਕਰੇ। ਜਦੋਂ ਹਰੀ ਪਰਮੇਸ਼ਰ ਜੀ ਆਪ ਹੀ ਸਾਹਿਬ ਜੀ ਕਹਿੰਦੇ ਵੀ ਦਿਆਲੂ ਹੋ ਕੇ ਆਪਣੀ ਕਿਰਪਾ ਦਇਆ ਦ੍ਰਿਸ਼ਟੀ ਕਰਦਾ ਜੀਵਾਂ ਉੱਪਰ, ਤਾਂ ਵਰਤੈ ਸਭ ਲੋਏ, ਤਾਂ ਤਦ ਸਾਰੇ ਸੰਸਾਰ 'ਚ ਸ਼ਾਂਤੀ ਵਰਤ ਸਕਦੀ ਹੈ, ਵਰਤ ਜਾਂਦੀ ਹੈ, ਭਾਵ ਨਾਮ ਨਾਲ ਠੰਡ ਪੈਂਦੀ ਹੈ। ਜਾਂ ਤਾਂ ਵਰਤੈ ਸਭ ਲੋਏ, ਤਦ ਐਸਾ ਨੀਚਾ ਹੁੰਦਾ ਵੀ ਸਾਰੇ ਲੋਏ ਲੋਕਾਂ 'ਚ ਪਰਮੇਸ਼ਰ ਅਕਾਲ ਪੁਰਖ ਹੀ ਵਰਤ ਰਿਹਾ, ਮੌਜੂਦ ਵਸ ਰਿਹਾ ਹੈ। ਮੁਠੈ ਜੀਆ ਜੁਗਤ ਹੋਏ, ਜਿਵੇਂ ਪ੍ਰਤੱਖ ਮੀਂਹ ਵਰਸਣੇ ਕਰਕੇ ਜੀਵਾਂ ਦੇ ਜਿਉਣ ਦੀ, ਅੰਨ ਅਨਾਜ ਬੀਜਣ ਦੀ ਜੁਗਤੀ ਢੰਗ ਪ੍ਰਾਪਤ ਹੋ ਜਾਂਦੀ ਹੈ, ਮੀਂਹ ਪੈਣ ਨਾਲ ਸੌਖਾ ਹੋ ਜਾਂਦਾ ਹੈ ਜੀਵਨ। ਧਰਨੀ ਨੋ ਸਿਗਾਰ ਹੋਏ, ਧਰਨੀ ਨੋ ਸਿਗਾਰ ਹੋਏ ਤੇ ਧਰਤੀ ਨੂੰ ਵੀ ਸੁੰਦਰ ਬੂਟੀਆਂ ਘਾਹ ਆਦਿਕ ਸੋਹਣੀ ਬਨਸਪਤੀ ਦੇ ਖਿੜਨੇ ਕਰਕੇ ਧਰਤੀ ਦਾ ਵੀ ਸੋਹਣਾ ਹਰਿਆਵਲਤਾ ਦਾ ਸ਼ਿੰਗਾਰ ਹੁੰਦਾ ਹੈ ਨਾ, ਇਸੇ ਤਰ੍ਹਾਂ ਉਠੈ ਜੀਆ ਜੁਗਤ ਹੋਏ। ਜਦ ਗੁਰੂ ਰੂਪੀ ਬੱਦਲ ਉਪਦੇਸ਼ ਰੂਪੀ ਵਰਖਾ ਦੇ ਨਾਲ ਵਰਸਦੇ ਨੇ ਤਾਂ ਮਹਾਰਾਜ ਦੀ ਸਿੱਖਿਆ ਦੇ ਵਰਸਣ ਨਾਲ ਜੁਗਤ ਹੋਏ, ਜੀਵਾਂ ਨੂੰ ਵਾਹਿਗੁਰੂ ਦੇ ਪ੍ਰਾਪਤੀ ਕਰਨ ਦੀ ਜੁਗਤੀ ਢੰਗ ਪ੍ਰਾਪਤ ਹੋ ਜਾਂਦਾ ਹੈ ਗੁਰਸਿੱਖਿਆ ਦੁਆਰਾ। ਧਰਨੀ ਨੋ ਸੀਗਾਰ ਹੋਏ, ਧਰਨੀ ਤੋਂ ਭਾਵ ਹੈ ਸਾਡੀ ਬੁੱਧ ਰੂਪੀ ਧਰਤੀ, ਤੇ ਜਿਹੜੀ ਜੀਵਾਂ ਦੀ ਬੁੱਧ ਰੂਪੀ ਧਰਤੀ ਹੈ ਉਸ ਨੂੰ ਸ਼ੁਭ ਗੁਣਾਂ ਦੀ ਹਰਿਆਵਲਤਾ ਦਾ ਸ਼ਿੰਗਾਰ ਹੋ ਜਾਂਦਾ, ਅਕਲ ਸ਼ਿੰਗਾਰੀ ਜਾਂਦੀ ਹੈ ਸਤ ਸੰਤੋਖ ਦਇਆ ਧਰਮ ਆਦਿਕ ਗੁਣਾਂ ਦੇ ਨਾਲ। ਨਾਨਕ ਇਹੋ ਜਗਤ ਸਭ ਜਲ ਹੈ, ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਇਹ ਸਾਰਾ ਹੀ ਜਗਤ ਸੰਸਾਰ ਚੇਤਨ ਰੂਪੀ ਭਾਵ ਹਰੀ ਰੂਪੀ ਪਾਣੀ ਦੇ ਆਸਰੇ ਹੀ ਹੈ, ਹਰੀ ਹੀ ਜਲ ਹੈ ਤੇ ਹਰੀ ਰੂਪੀ ਜਲ ਦੇ ਆਸਰੇ ਹੈ ਸਾਰਾ ਜਗਤ। ਜਲ ਹੀ ਤੇ ਸਭ ਕੋ, ਕਿਉਂਕਿ ਉਸ ਹਰੀ ਚੇਤਨ ਰੂਪੀ ਜਲ ਪਾਣੀ ਤੋਂ ਹੀ ਸਾਰਾ ਕੁਝ ਪੈਦਾ ਹੋਇਆ ਹੈ ਹੁੰਦਾ ਏ। ਗੁਰ ਪ੍ਰਸਾਦੀ ਕੋ ਬਿਰਲਾ ਬੂਝੈ, ਸਤਿਗੁਰਾਂ ਦੀ ਕਿਰਪਾ ਦੁਆਰਾ ਕੋਈ ਬਿਰਲਾ ਟਾਵਾਂ ਪੁਰਖ ਹੀ ਉਸ ਚੇਤਨ ਰੂਪੀ ਹਰੀ ਨੂੰ ਜੋ ਵਿਆਪਕ ਜਾਣ ਕਰਕੇ ਉਹਦੀ ਪ੍ਰਾਪਤੀ ਬਾਰੇ ਬੁੱਝਦਾ ਸਮਝਦਾ ਹੈ। ਸੋ ਜਾਨ ਮੁਕਤ ਸਦਾ ਹੋਏ, ਜਿਹੜਾ ਸਮਝ ਲੈਂਦਾ ਹੈ ਉਹ ਜਨ ਪੁਰਖ ਸਦੀਵ ਕਾਲ ਮੁਕਤ ਹੋ ਜਾਂਦਾ ਹੈ ਚਿੰਤਾ ਮੋਹ ਮਾਇਆ ਵਿਕਾਰ ਜੰਮਣ ਮਰਨ ਵੱਲੋਂ। ਪੌੜੀ ਸੱਚਾ ਬੇਪਰਵਾਹ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਸੱਚਾ ਜੋ ਪਰਮੇਸ਼ਰ ਹੈ ਮਹਾਰਾਜ ਤੂੰ
ਤੂੰ ਸਦਾ ਹੀ ਵੇ ਪ੍ਰਵਾਹ ਹੈ, ਤਿੰਨੇ ਕਾਲ ਕਿਸੇ ਦੀ ਮੁਛਾਜਗੀ ਨਹੀਂ ਤੈਨੂੰ। ਇੱਕੋ ਤੂੰ ਧਣੀ, ਇੱਕ ਤੂੰ ਹੀ ਹੈ ਮਹਾਰਾਜ ਸਾਰਿਆਂ ਦੇ ਵਿੱਚ, ਤੂੰ ਹੀ ਧਣੀ ਮਾਲਕ ਹੈ ਸਭ ਦਾ, ਤੂੰ ਸਭ ਕੁਛ ਆਪੇ ਆਪ ਪਾਤਸ਼ਾਹ ਜੀ, ਸਾਰਾ ਕੁਝ ਤੂੰ ਆਪੇ ਆਪ, ਆਪਣਾ ਹੀ ਆਪ ਰੂਪ ਹੈ, ਸਭ ਕੁਝ ਨਿਰਗੁਣ ਸਰਗੁਣ ਜਗਤ ਜਦੋਂ ਬਣਾਉਂਦਾ ਹੈ ਢਾ ਦਿੰਦਾ, ਸਭ ਕੁਝ ਤੇਰਾ ਆਪਣਾ ਹੀ ਰੂਪ ਹੈ। ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਣ, ਸਮੁੰਦਰ ਦੇ ਵਿੱਚ ਸਾਧ ਸੰਗਤ ਬੜਵਾ ਨਾ ਲੱਗਣ ਆਵੇ, ਸਮੁੰਦਰ 'ਚ ਹੀਰੇ ਪੈਦਾ ਹੋਣ, ਸਮੁੰਦਰ 'ਚ ਜੀਵ ਪੈਦਾ ਹੋਣ, ਅਤੇ ਸਮੁੰਦਰ ਦੇ ਵਿੱਚ ਵੱਡੀਆਂ ਵੱਡੀਆਂ ਛੱਲਾਂ ਆਉਣ, ਸਭ ਕੁਝ ਸਮੁੰਦਰ ਦੇ ਵਿੱਚੋਂ, ਅਤੇ ਸਮੁੰਦਰ ਦਾ ਹੀ ਰੂਪ ਹੈ ਨਾ। ਐਵੇਂ ਮਹਾਰਾਜ ਸਾਹਿਬ, ਸਭ ਕੁਝ ਤੂੰ ਆਪਣਾ ਆਪ ਰੂਪ ਹੀ ਹੈ, ਕੋਈ ਪੈਦਾ ਹੋਵੇ, ਕੋਈ ਮਰੇ, ਕੋਈ ਤ੍ਰਿਸ਼ਨਾ 'ਚ ਸੜ ਰਿਹਾ, ਕੋਈ ਨਾਮ ਜਲ ਨਾਲ ਸੁੱਖ ਭੋਗ ਰਿਹਾ, ਇਹ ਸਭ ਕੁਝ ਤੂੰ ਆਪਣਾ ਆਪ ਰੂਪ ਹੀ ਹੈ। ਇਸ ਕਰਕੇ ਦੂਸਰੇ ਕਿਸ ਨੂੰ ਤੇਰੇ ਬਰਾਬਰ ਦਾ ਗਿਣਨਾ ਵਿਚਾਰ ਨਾ ਕਰੀਏ, ਜਦੋਂ ਕਿ ਤੂੰ ਹੀ ਸਮੁੰਦਰ ਹੈ। ਮਾਨਸ ਕੂੜਾ ਗਰਭ, ਮਾਨਸ ਕੂੜਾ ਗਰਭ ਹੈ ਮਹਾਰਾਜ, ਜਿਹੜਾ ਮਾਨਸ ਮਨੁੱਖ ਬਣਾਇਆ ਤੂੰ, ਇਹਨੂੰ ਬਸ ਕੂੜਾ ਝੂਠਾ ਹੀ ਗਰਭ ਹੰਕਾਰ ਹੈ। ਸੱਚੀ ਤੁਧ ਮਣੀ, ਪਰ ਮਹਾਰਾਜ ਤੁਧ ਤੇਰੀ ਜੋ ਮਣੀ ਹੈ ਨਾ, ਮਣੀ ਨਾਮ ਹੈ ਸਾਧ ਸੰਗਤ ਭਗਤੀ ਦਾ ਭਾਵ ਵਡਿਆਈ ਦਾ, ਤੇਰੀ ਭਗਤੀ ਵਡਿਆਈ ਰੂਪੀ ਜੋ ਮਣੀ ਹੈ ਸੱਚੀ ਹੈ ਸਦਾ। ਆਵਾ ਗੌਣ ਰਚਾਏ ਮਹਾਰਾਜ ਜੀ, ਉਹ ਤੂੰ ਸੰਸਾਰ ਵਿੱਚ ਆਵਾ ਆਉਣਾ, ਜਨਮ ਲੈਣਾ, ਪੈਦਾ ਹੋਣਾ, ਅਤੇ ਗਾਉਣ ਗਵਣ ਕਰਨਾ, ਚਲੇ ਜਾਣਾ, ਮਰਨਾ ਯਾਦ ਕਰਚਾਏ, ਇਹ ਰਚਾਉਣਾ ਕੀਤਾ, ਮਰਿਆਦਾ ਬਣਾਈ ਹੈ। ਉਪਾਈ ਮੇਦਨੀ, ਇਹ ਮਰਿਆਦਾ ਦੇ ਸਹਿਜ ਹੀ ਤੂੰ ਮਹਾਰਾਜ ਮੇਦਨੀ ਸ੍ਰਿਸ਼ਟੀ ਪੈਦਾ ਕੀਤੀ ਹੈ, ਆਉਣ ਜਾਣ ਤੋਂ ਕੋਈ ਰਹਿਤ ਨਹੀਂ ਹੈ। ਸਤਿਗੁਰ ਸੇਵੇ ਆਪਣਾ, ਜਿਹੜਾ ਸੱਚੇ ਗੁਰੂ ਸਾਹਿਬ ਜੀ ਨੂੰ ਆਪਣਾ ਜਾਣ ਕੇ ਸੇਵਦੇ ਨੇ, ਗੁਰਾਂ ਦੇ ਬਚਨ ਕਮਾਉਂਦੇ ਹਨ, ਆਇਆ ਤਿਸ ਗਣੀ, ਭਾਵੇਂ ਗਿਣਤੀ ਤਾਂ ਅਰਬਾਂ ਵਿੱਚ ਹੈ ਜਗਤ ਵਿੱਚ ਜੀਵਾਂ ਦੀ, ਪਰ ਆਇਆ ਹੋਇਆ ਉਹਨਾਂ ਦਾ ਹੀ ਸਫਲ ਗਣੀ ਗਣਿਆ ਵਿਚਾਰਿਆ ਜਾਂਦਾ ਹੈ, ਉਹਨਾਂ ਨੂੰ ਹੀ ਗਣੀ ਮਿਣੀ ਦਾ ਵਿਚਾਰੀ ਦਾ ਵੀ ਇਹਨਾਂ ਦਾ ਜੀਵਨ ਸਫਲ ਹੈ। ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ, ਉਹੀ ਸਫਲੇ ਨੇ ਜਗਤ ਵਿੱਚ। ਜੇ ਹਉਮੈ ਵਿੱਚ ਹੋ ਜਾਏ, ਜੇ ਹਉਮੈ ਵਿੱਚ ਹੋ ਜਾਏ, ਜੇ ਸਰੀਰ ਦੇ ਵਿੱਚੋਂ ਦੇਹ ਦੀ ਹਉਮੈ ਹੰਗਤਾ ਚਲੀ ਜਾਵੇ, ਦੂਰ ਹੋਵੇ, ਤਾਂ ਕਿਹੀ ਗਣਤ ਗਣੀ, ਤਾਂ ਫਿਰ ਕਿਹੋ ਜੀ ਗਣਤ ਗਿਣਤੀ ਗਿਣਨੀ ਹੈ, ਕੋਈ ਹਿਸਾਬ ਕਿਤਾਬ ਨਹੀਂ ਫਿਰ ਪੁੱਛੀ ਦਾ, ਜਾਂ ਫਿਰ ਜੀਵ ਆਪਣੀ ਕੋਈ ਗਣਤ ਵੀ, ਮੈਂ ਵੀ ਕੁਝ ਹਾਂ, ਮੈਂ ਆਹ ਕਰਦਾ, ਇਹੋ ਜਿਹੀ ਗਿਣਤੀ ਮਿਣਤੀ ਕੁਝ ਨਹੀਂ ਕਰਦਾ, ਜਦੋਂ ਹਉਮੈ ਹੰਕਾਰ ਅੰਦਰੋਂ ਚਲਿਆ ਜਾਵੇ। ਮਨਮੁਖ ਮੋਹੇ ਗੁਬਾਰ, ਸਾਹਿਬ ਕਹਿੰਦੇ ਜਿਹੜੇ ਮਨ ਨੂੰ ਮੁਖੀ ਬਣਾਉਣ ਵਾਲੇ ਨੇ ਪੁਰਖ, ਉਹ ਉਹਨਾਂ ਦੇ ਹਿਰਦੇ 'ਚ ਮੋਹੇ ਮੋਹ ਹੈ, ਅਤੇ ਉਹਨਾਂ ਦੇ ਹਿਰਦੇ 'ਚ ਮੋਹ ਦੇ ਕਰਕੇ ਗੁਬਾਰ ਅਗਿਆਨਤਾ ਦਾ ਬਹੁਤਾ ਹੀ ਗੁਬਾਰ, ਗਾੜਾ ਹਨੇਰਾ ਪਿਆ ਹੋਇਆ ਹੈ, ਭਾਵ ਕਿ ਹਨੇਰੇ ਕਰਕੇ ਜਿਵੇਂ ਦੁਖੀ ਹੋਈ ਦਾ ਠੇਡੇ ਲੱਗਦੇ ਨੇ, ਰਾਹ ਦਿਖਦਾ ਨਹੀਂ ਹੈ, ਇਸ ਤਰ੍ਹਾਂ ਮਨਮੁਖਾਂ ਦੇ ਅੰਦਰ ਮੋਹ ਦੁਆਰਾ ਗਿਆਨਤਾ ਦਾ ਗੁਬਾਰ ਗਾੜਾ ਮੱਸਿਆ ਦੀ ਕਾਲੀ ਬੋਲੀ ਰਾਤ ਦੇ ਵਾਂਗ ਹਨੇਰਾ ਪਿਆ ਹੋਇਆ ਏ। ਜੋ ਭੁੱਲਾ ਮੰਜ ਬਣੀ, ਉਹ ਇਸ ਪ੍ਰਕਾਰ ਦੁਖੀ ਹੁੰਦੇ ਹਨ, ਜੋ ਭੁੱਲਾ ਮੰਜ ਬਣੀ, ਬਣੀ ਤੋਂ ਭਾਵ ਵੀ ਵਣ ਜੰਗਲ ਦੀਆਂ ਝਾੜੀਆਂ 'ਚ ਜਿਵੇਂ ਕੋਈ ਹਿਰਨ ਭੁੱਲਾ ਹੋਇਆ ਝਾੜੀਆਂ 'ਚ ਸਿੰਘ ਫਸਣੇ ਕਰਕੇ ਦੁੱਖ ਪਾਉਂਦਾ ਹੈ, ਇਵੇਂ ਮਨਮੁਖ ਦੁਖੀ ਹੁੰਦੇ ਨੇ। ਜੋ ਭੁੱਲਾ ਮੰਝ ਬਣੀ, ਜਾਂ ਜਿਵੇਂ ਕੋਈ ਪੁਰਖ ਬਹੁਤੀ ਸੰਘਣੀ ਬਣੀ ਦੇ ਵਿੱਚ ਝਿੜੀ ਜੰਗਲ ਦੇ ਵਿੱਚ ਰਸਤਾ ਭੁੱਲ ਜਾਂਦਾ, ਦੁਖੀ ਹੁੰਦਾ ਨਾ,
ਇਸ ਤਰ੍ਹਾਂ ਮਨਮੁਖ ਮੋਹ ਕਰਕੇ ਸਦਾ ਦੁਖੀ ਰਹਿੰਦੇ ਹਨ। ਕੱਟੇ ਪਾਪ ਅਸੰਖ, ਪਾਤਸ਼ਾਹ ਕਹਿੰਦੇ ਉਹਨਾਂ ਦੇ ਅਸੰਖ ਅਣਗਿਣਤੀ, ਜਿਹਦੀ ਗਿਣਤੀ ਨਹੀਂ ਹੋ ਸਕਦੀ, ਇੰਨੇ ਪਾਪ ਵਾਹਿਗੁਰੂ ਦੇ ਨਾਮ ਨੇ ਕੱਟ ਦਿੱਤੇ ਹਨ। ਨਾਵੇ ਇੱਕ ਕਣੀ, ਜਿਨ੍ਹਾਂ ਨੇ ਵੀ ਗੁਰੂ ਸਾਹਿਬ ਜੀ ਦੇ ਦੁਆਰਾ ਪਰਮੇਸ਼ਰ ਨੇ ਆਪਣੇ ਨਾਮ ਦੀ ਇੱਕ ਕਣੀ ਕਿਣਕਾ ਮਾਤਰ ਵੀ ਦਿੱਤਾ। ਕਿਣਕਾ ਮਾਤਰ ਤੋਂ ਭਾਵ ਕਿ ਜਿਨ੍ਹਾਂ ਨੂੰ ਥੋੜ੍ਹਾ ਜਿੰਨਾ ਵੀ ਟਕਾ ਮਿਲ ਗਿਆ ਸਿਮਰਨ ਕਰਦਿਆਂ, ਉਹਨਾਂ ਦੇ ਕਰੋੜਾਂ ਪਾਪ ਕੱਟੇ ਗਏ। ਸਲੋਕ ਮਹਲਾ ਤੀਜਾ, ਬਾਬੀਹਾ ਖਸਮੈ ਕਾ ਮਹਿਲ ਨਾ ਜਾਣਗੀ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਇਹ ਜੀਵ ਰੂਪ ਪਪੀਹੇ ਜੋ ਖਸਮ ਮਾਲਕ ਪਰਮੇਸ਼ਰ ਹੈ, ਉਹਦਾ ਜੋ ਮਹੱਲ ਹੈ ਨਾ ਸਤ ਸੰਗਤ ਰੂਪੀ, ਨਾ ਜਾਣ ਹੀ, ਤੂੰ ਉਹਨੂੰ ਜਾਣਦਾ ਨਹੀਂ, ਉਹਦੀ ਸਮਝ ਨਹੀਂ ਹੈ ਤੈਨੂੰ, ਤੈਨੂੰ ਕਦਰ ਨਹੀਂ ਹੈ ਮਹਾਰਾਜ ਦੀ ਸੰਗਤ ਦੀ। ਮਹਿਲ ਦੇਖ ਅਰਦਾਸ ਪਾਏ, ਜੇ ਤੂੰ ਸਤ ਸੰਗਤ ਰੂਪੀ ਮਹੱਲ ਨੂੰ ਵੇਖੇ, ਦਰਸ਼ਨ ਕਰੇ ਸੰਗਤ ਦੇ, ਅਤੇ ਜਾ ਕਰਕੇ ਅਰਦਾਸ ਅਰਜੋਈ ਪਾਏ ਪਾਉਣਾ ਕਰੇ, ਮਹਾਰਾਜ ਸਾਹਿਬ ਜੀ ਕਹਿੰਦੇ ਫੇਰ ਹੀ ਤੂੰ ਸਰੂਪ ਰੂਪੀ ਮਹੱਲ ਨੂੰ ਦੇਖ ਸਕਦਾ, ਵਾਹਿਗੁਰੂ ਵਿੱਚ ਮਿਲ ਸਕਦਾ। ਜਾਂ ਇਸੇ ਪ੍ਰਕਾਰ ਬਾਬੀਹਾ ਖਸਮੈ ਕਾ ਮਹਿਲ ਨਾ ਜਾਣਹੀ, ਮਹਾਰਾਜ ਕਹਿੰਦੇ ਹੇ ਜੀਵ ਰੂਪ ਪੀਏ, ਤੂੰ ਵਾਹਿਗੁਰੂ ਪਰਮੇਸ਼ਰ ਦਾ ਜੋ ਸੂਪ ਰੂਪੀ ਮਹੱਲ ਹੈ ਨਾ, ਉਹਨੂੰ ਪਾਉਣਾ ਕਿਵੇਂ ਹੈ, ਇਸ ਗੱਲ ਨੂੰ ਜਾਣਦਾ ਹੀ ਨਹੀਂ ਹੈ ਵੀ ਕਿਵੇਂ ਅੰਦਰੋਂ ਹੀ ਮਾਲਕ ਨੂੰ ਅਨੁਭਵ ਕਰਨਾ ਹੈ। ਮਹਿਲ ਦੇਖ ਅਰਦਾਸ ਪਾਏ, ਜੇ ਉਹ ਸੱਚ ਸਰੂਪ ਰੂਪੀ ਮਹੱਲ ਨੂੰ ਵੇਖਣਾ ਹੈ ਤਾਂ ਉਹ ਵੇਖਣ ਦੇ ਲਈ ਗੁਰਾਂ ਦੇ ਅੱਗੇ ਰਜੋਈ ਅਰਦਾਸ ਕਰ, ਭਾਵ ਸੱਚ ਸਰੂਪ ਦੀ ਪ੍ਰਾਪਤੀ ਲਈ ਬੇਨਤੀਆਂ ਕਰਿਆ ਕਰ। ਆਪਣੇ ਭਾਣੇ ਬਹੁਤਾ ਬੋਲੇ, ਪਰ ਤੂੰ ਅਰਦਾਸਾਂ ਕਿੱਥੇ ਕਰਦਾ ਹੈ? ਆਪਣੇ ਭਾਣੇ, ਆਪਣੀ ਖੁਦ ਪਸੰਦੀ ਵਾਲਾ ਸੁਭਾਅ, ਆਪਣੀ ਮਨ ਮਰਜ਼ੀ ਅਨੁਸਾਰ ਬਹੁਤਾ ਹੀ ਚਖਾ ਮਾਰਦਾ, ਇੱਧਰ ਉੱਧਰ ਦੀਆਂ ਗੱਲਾਂ ਦੇ ਸਹਿਤ ਬੋਲਣ ਦੀ ਆਦਤ ਪਈ ਆ ਤੈਨੂੰ। ਬੋਲਿਆ ਥਾਏ ਨਾ ਪਾਏ, ਪਰ ਤੇਰਾ ਇਹ ਵਾਧੂ ਦਾ ਫਜ਼ੂਲ ਬੋਲਿਆ ਹੋਇਆ ਇੱਕ ਵੀ ਲਫ਼ਜ਼ ਲੇਖੇ ਵਿੱਚ ਨਹੀਂ ਪੈਂਦਾ, ਵਾਹਿਗੁਰੂ ਨੂੰ ਕਬੂਲ ਨਹੀਂ ਹੁੰਦਾ। ਖਸਮ ਵੱਡਾ ਦਾਤਾਰ ਹੈ, ਉਹ ਖਸਮ ਮਾਲਕ ਪਰਮੇਸ਼ਰ ਵੱਡਾ ਦਾਤਾਰ ਹੈ, ਸਾਰਿਆਂ ਤੋਂ ਵੱਡਾ ਦੀਰਘ ਹੈ ਤੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਏ। ਉਹ ਇੱਛੇ ਸੋ ਫਲ ਪਾਏ, ਉਸ ਕੋਲੋਂ ਜੀਵ ਜਿਹੜਾ ਵੀ ਭਾਵਨਾ ਨਾਲ ਕਾਮਨਾ ਨੇਕ ਰੱਖ ਕੇ ਇੱਛਾ ਕਰਦਾ, ਫਲ ਮੰਗਣਾ ਚਾਹੁੰਦਾ, ਉਹ ਧਰਮ ਰਸ ਕਾਮ ਰੋਖ ਰੂਪੀ ਸਾਰੇ ਹੀ ਫਲ ਲਾਭ ਪ੍ਰਾਪਤ ਕਰ ਲੈਂਦਾ ਏ। ਬਾਬੀਹਾ ਕਿਆ ਬੱਪੜਾ, ਮਹਾਰਾਜ ਕਹਿੰਦੇ ਆ ਜੀਵ ਰੂਪੀ ਪਪੀਏ ਕਿ ਤੂੰ ਕੀ ਬੱਪੜਾ ਵਿਚਾਰਾ ਪਾਵ ਤੁਸ਼ ਜਿਹਾ, ਇੱਕ ਤੇਰੀ ਕੀ ਗੱਲ ਹੈ, ਜਗਤ ਕੀ ਤਿਖ ਜਾਏ। ਜੇ ਵਾਹਿਗੁਰੂ ਦੀ ਮਿਹਰ ਹੋ ਜਾਵੇ ਤਾਂ ਮਿਹਰ ਨਾਲ ਸਾਰੇ ਜਗਤ ਦੀ, ਸੰਸਾਰ ਦੀ ਤ੍ਰਿਸ਼ਨਾ ਰੂਪੀ ਤ੍ਰੇ ਨਾਮ ਜਪ ਕੇ ਮਿਟ ਜਾਂਦੀ ਹੈ, ਮਿਟ ਜਾਵੇ। ਮਹੱਲਾ ਤੀਜਾ, ਬਾਬੀਹਾ ਭਿੰਨੀ ਰਹਿਣ ਬੋਲਿਆ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਵੀ ਜਿਵੇਂ ਤ੍ਰੇਲ ਨਾਲ ਭਿੱਜੀ ਹੋਈ ਰਹਿਣ, ਰਾਤ ਭਾਵ ਅੰਮ੍ਰਿਤ ਵੇਲੇ ਦੇ ਸਮੇਂ ਪਪੀ ਆਪ ਜਿਹੜਾ ਹੈ ਉਹ ਬੋਲਿਆ ਬੋਲਦਾ ਹੈ। ਸਹਿਜੇ ਸੱਚ ਸੁਭਾਅ, ਸਹਿਜੇ ਸੁਤੇ ਸਿੱਧੀ ਸੁਭਾਏ ਸ੍ਰੇਸ਼ਟ ਪ੍ਰੇਮ ਦੇ ਨਾਲ ਸੱਚੀ ਬਾਣੀ ਬੋਲਿਆ, ਅਰਦਾਸ ਕੀਤੀ ਕੀ ਕਹਿੰਦਾ ਹੈ। ਇਹੋ ਜਲ ਮੇਰਾ ਜੀਓ ਹੈ, ਉਹ ਕਹਿਣ ਲੱਗਾ ਏ ਮਹਾਰਾਜ ਇਹ ਪਾਣੀ ਇਹ ਸਵਾਤੀ ਮੂੰਹ ਦੀ ਮੇਰਾ ਜੀਵਨ ਹੈ, ਜਲ ਬਿਨ ਰਹਿਣ ਨਾ ਜਾਏ, ਇਹ ਸਵਾਤੀ ਬੂੰਦ ਰੂਪੀ ਜਲ ਤੋਂ ਬਗੈਰ ਮੇਰੇ ਕੋ ਰਿਹਾ ਨਹੀਂ ਜਾਂਦਾ, ਮੇਰਾ ਜੀਵਨ ਨਹੀਂ ਹੈ।
ਇਸੇ ਭਾਵ ਨੂੰ ਹੁਣ ਦੱਸਦੇ ਹਨ। ਬਾਬੀਹਾ ਭਿੰਨੀ ਰਹਿਣ ਬੋਲਿਆ। ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜੇ ਸ਼ਰਧਾ ਦੇ ਪ੍ਰੇਮ ਨਾਲ ਭਿੱਜੀ ਹੋਈ ਜਿਹੜੀ ਅਵਸਥਾ ਰੂਪੀ ਰਾਤ ਦੇ ਵਿੱਚ ਭਾਵ ਅੰਮ੍ਰਿਤ ਵੇਲੇ ਜਗਿਆਸੂ ਰੂਪੀ ਪਪੀਆ ਜਿਹੜਾ ਹੈ ਬੋਲਿਆ ਬੋਲਿਆ ਅਰਦਾਸ ਕੀਤੀ ਹੈ। ਸਹਿਜੇ ਸੱਚ ਸੁਭਾਅ ਕਿਵੇਂ ਬੋਲਿਆ? ਸਹਿਜੇ ਨਿਰਜਤਨ ਹੀ ਸੱਚੇ ਨਾਮ ਨੂੰ ਸ੍ਰੇਸ਼ਟ ਪ੍ਰੇਮ ਦੇ ਸਹਿਤ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰਦਾ ਅਰਦਾਸਾਂ ਕਰਦਾ ਹੈ। ਇਹੋ ਜਲ ਮੇਰਾ ਜੀਉ ਹੈ। ਅਜੇ ਕੀ ਕਹਿੰਦਾ? ਇਹ ਕਹਿਣ ਲੱਗਾ ਮਹਾਰਾਜ, ਨਾਮ ਰੂਪੀ ਜਲ ਪਾਣੀ ਜਾਂ ਚੇਤਨ ਰੂਪੀ ਹਰੀ ਰੂਪੀ ਜਲ ਹੀ ਮੇਰਾ ਜੀਵਨ ਜ਼ਿੰਦਗੀ ਹੈ। ਜਲ ਬਿਨਾਂ ਰਹਿਣ ਨਾ ਜਾ। ਵਾਹਿਗੁਰੂ ਦੇ ਨਾਮ ਰੂਪੀ ਜਲ ਤੋਂ ਬਿਨਾਂ ਜਾਂ ਦੂਜਾ ਅਰਥ ਹਰੀ ਰੂਪੀ ਚੇਤਨ ਰੂਪੀ ਜਲ ਤੋਂ ਬਗੈਰ ਮੇਰੇ ਕੋਲ ਰਹਿ ਨਹੀਂ ਜਾਂਦਾ, ਮੈਂ ਸਥਿਰ ਨਹੀਂ ਰਹਿ ਸਕਦਾ। ਗੁਰ ਸਬਦੀ ਜਲ ਪਾਈ ਹੈ। ਪਰ ਇਹ ਮਹਾਰਾਜ ਕਹਿੰਦੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਨਾਮ ਰੂਪੀ ਜਲ ਜਾਂ ਚੇਤਨ ਰੂਪੀ ਵਿਆਪਕ ਪਰਮੇਸ਼ਰ ਰੂਪੀ ਜਲ ਪਾਣੀ ਪਾਉਣਾ ਕਰੀਦਾ ਹੈ। ਵਿੱਚ ਹੋ ਆਪ ਗਵਾਏ, ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਗਵਾਉਣੇ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਨਾਮ ਮਿਲਦਾ ਏ। ਨਾਨਕ ਜਿਸ ਬਿਨ ਚਸਾ ਨਾ ਜੀਵਦੀ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਜਿਸ ਵਾਹਿਗੁਰੂ ਤੋਂ ਬਗੈਰ ਮੈਂ ਜਗਿਆਸੂ ਰੂਪ ਪੀਏ ਦੀ ਬਿਰਤੀ ਇੱਕ ਚਸਾ ਮਾਤਰ ਵੀ ਜਿਉਂਦੀ ਨਹੀਂ ਰਹਿੰਦੀ ਸੀ, ਜਿਹਦੇ ਤੋਂ ਬਗੈਰ ਮੈਂ ਜਿਉਂਦੀ ਨਹੀਂ ਰਹਿ ਸਕਦੀ। ਸੋ ਸਤਗੁਰ ਦੀਆ ਮਿਲਾਏ, ਸੋ ਸਤਗੁਰ ਦੀਆ ਮਿਲਾਏ, ਉਸ ਨਾਲ ਸੱਚੇ ਗੁਰੂ ਸਾਹਿਬ ਜੀ ਨੇ ਮੈਂ ਜਗਿਆਸੂ ਰੂਪ ਪੀਹੇ ਦੀ ਬਿਰਤੀ ਨੂੰ ਮਿਲਾ ਦਿੱਤਾ ਹੈ। ਭਾਵ ਨਾਮ ਨਾਮ ਹਿਰਦੇ 'ਚ ਵਸਾ ਦਿੱਤਾ ਹੈ, ਬਿਰਤੀ ਵਾਹਿਗੁਰੂ ਦੇ ਚਰਨਾਂ 'ਚ ਜੋੜ ਦਿੱਤੀ ਹੈ। ਪੌੜੀ ਖੰਡ ਪਤਾਲ ਅਸੰਖ। ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਸ੍ਰਿਸ਼ਟੀ ਦੀ ਜੋ ਰਚਨਾ ਇਹਦੇ ਵਿੱਚ ਧਰਤੀਆਂ ਦੇ ਕਈ ਖੰਡ ਹਿੱਸੇ ਨੇ, ਕਈ ਪਤਾਲ ਹਨ, ਅਸੰਖ ਅਣਗਿਣਤੀ ਹਨ, ਮੈਂ ਗਣਤ ਨਾ ਹੋਈ, ਜਿਹਨਾਂ ਦੀ ਮੇਰੇ ਪਾਸੋਂ ਜੀਵ ਦੇ ਪਾਸੋਂ ਗਿਣਤੀ ਨਹੀਂ ਹੋ ਸਕਦੀ। ਤੂੰ ਕਰਤਾ ਗੋਬਿੰਦ, ਹੇ ਗੋਬਿੰਦ ਪ੍ਰਿਥਵੀ ਦੇ ਰੱਖਿਆ ਕਰਨ ਵਾਲੇ ਮਹਾਰਾਜ, ਤੂੰ ਸਾਰੀਆਂ ਸ੍ਰਿਸ਼ਟੀਆਂ ਸਭ ਜਗਤ ਸਭ ਧਰਤੀਆਂ ਸਭ ਪਤਾਲਾਂ ਦਾ ਰਚਣ ਵਾਲਾ ਹੈ। ਤੁਧ ਸਿਰਜੀ ਤੁਧੈ ਗੋਈ, ਇਹ ਸਾਰੀ ਸ੍ਰਿਸ਼ਟੀ ਤੁਧ ਸਿਰਜੀ, ਤੁਸੀਂ ਵੀ ਮਹਾਰਾਜ ਸਿਰਜੀ ਸਿਰਜਣਾ ਰਚਨਾ ਕੀਤੀ ਹੈ। ਅਤੇ ਤੁਦਾ ਗੋਈ, ਤੂੰ ਆਪ ਹੀ ਗੋਈ ਹੈ, ਭਾਵ ਮਲਾਈ ਹੈ, ਗੁਣ ਦਿਨਾ ਆਪਣੇ ਨਾਲ ਮੇਲ ਲੈਣਾ ਹੈ ਪਰਲੋ ਕਰਕੇ। ਲੱਖ ਚੌਰਾਸੀ ਮੇਦਨੀ, ਮਹਾਰਾਜ 84 ਲੱਖ ਜੂਨਾਂ ਦੀ ਜੋ ਇਹ ਮੇਦਨੀ ਸ੍ਰਿਸ਼ਟੀ ਹੈ, ਤੁਝ ਹੀ ਤੇ ਹੋਈ, ਇਹ ਤੁਝ ਤੇਰੇ ਤੋਂ ਹੀ ਪੈਦਾ ਹੋਈ ਹੈ, ਆਪੋ ਕੋਈ ਨੀ ਜੰਮਿਆ। ਇੱਕ ਰਾਜੇ ਖਾਨ ਮਲੂਕ, ਜੰਮੇ ਤਾਂ ਤੇਰੇ ਹੁਕਮ ਨਾਲ ਨੇ, ਪਰ ਇੱਕ ਕਈ ਇੱਥੇ ਆ ਕੇ ਰਾਜੇ ਬਣ ਗਏ। ਕਈ ਕਹਿੰਦੇ ਵੀ ਅਸੀਂ ਖਾਨ ਹਾਂ, ਭਾਵ ਕੇ ਜਿਵੇਂ ਪਠਾਣਾ ਦੇ ਸਰਦਾਰ ਬਣ ਗਏ, ਮਲੂਕ ਬਲੋਚਾਂ ਦੇ ਨੰਬਰਦਾਰ ਬਣ ਗਏ। ਕਹੇ ਕਹਾਵੇ ਕੋਈ ਆਪਣੇ ਆਪ ਨੂੰ ਰਾਜਾ, ਕੋਈ ਖਾਨ, ਕੋਈ ਮਲੂਕ, ਭਾਵ ਅਹੁਦੇਦਾਰ ਸਰਦਾਰ ਅਫਸਰ ਖਵਾਉਂਦੇ ਹਨ। ਆਪ ਕਹੇ ਕਹਿੰਦੇ ਨੇ ਵੀ ਮੈਂ ਏਡਾ ਵੱਡਾ ਅਫਸਰ ਹਾਂ, ਕਿਉਂਕਿ ਤਖਤੀ ਲੱਗੀ ਹੁੰਦੀ ਹੈ ਘਰ ਦੇ ਬਾਹਰ। ਅਤੇ ਕਹਾਵੇ ਹੋਰਾਂ ਕੋ ਕਹਾਉਂਦੇ ਨੇ ਵੀ ਮੈਂ ਅਫਸਰ ਹਾਂ, ਮੇਰੇ ਬਾਰੇ ਇਹ ਕਹੋ। ਇਸ ਪ੍ਰਕਾਰ ਆਪਣੇ ਆਪ ਨੂੰ ਅਹੁਦੇਦਾਰ ਅਫਸਰ ਰਾਜੇ ਕਹਾਉਂਦੇ ਹਨ। ਇੱਕ ਸਾਹ ਸਦਾਵ ਹੈ ਸੰਚ ਧਨ, ਇੱਕ ਸਾਹ ਸਾਹ ਪਾਠ, ਸੱਸੇ ਨੂੰ ਕੰਨੇ ਦੀ ਆਵਾਜ਼ ਕੱਢਣੀ, ਸਾਹ
ਤੇ ਫਿਰ ਨਾਲ ਹਾਹਾ ਮੁਕਤਾ ਹਾ ਸਾਹ ਸਦਾਵ ਹੈ, ਇੱਦਾਂ ਉਚਾਰਨ ਕਰਨਾ। ਮਹਾਰਾਜ ਕਹਿੰਦੇ ਇੱਕ ਕਈ ਜਿਹੜੇ ਨੇ ਸੰਚ ਧਨ ਧਨ ਦੌਲਤ ਇਕੱਤਰ ਕਰ ਲੈਂਦੇ ਨੇ, ਜੋੜ ਲੈਂਦੇ ਨੇ, ਤੇ ਫਿਰ ਆਪਣੇ ਆਪ ਨੂੰ ਸ਼ਾਹੂਕਾਰ ਅਖਵਾਉਂਦੇ ਹਨ। ਦੂਜੇ ਪਤ ਖੋਈ, ਉਹਨਾਂ ਨੇ ਦਵੈਦ ਭਾਵ ਚ ਵਾਹਿਗੁਰੂ ਤੋਂ ਬਿਨਾਂ ਹੋਰ ਪਾਸੇ ਦੇ ਪ੍ਰੇਮ ਚ ਲੱਗ ਕੇ ਆਪਣੀ ਇੱਜ਼ਤ ਹੀ ਖੋਈ, ਖੋ ਗਵਾ ਲਈ ਹੈ ਵਕਾਰਾਂ ਤੇ ਜਮਾਂ ਪਾਸੋਂ। ਇੱਕ ਦਾਤੇ ਇੱਕ ਮੰਗਤੇ, ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇੱਕ ਕਈ ਦਾਦੇ ਦਾਤਾਂ ਦੇਣ ਵਾਲੇ ਬਣੇ ਬੈਠੇ ਨੇ, ਕਹਿੰਦੇ ਵੀ ਅਸੀਂ ਦਾਨੀ ਹਾਂ, ਅਸੀਂ ਦਾਨ ਕਰਦੇ, ਅਸੀਂ ਲੋਕਾਂ ਦਾ ਭਲਾ ਕਰਦੇ। ਇੱਕ ਮੰਗਤੇ ਬਣੇ ਹੋਏ ਨੇ, ਉਹ ਮੰਗ ਕੇ ਗੁਜ਼ਾਰਾ ਕਰਦੇ ਹਨ। ਸਭਨਾ ਸਿਰ ਸੋਈ, ਪਰ ਸਾਰਿਆਂ ਦੇ ਸਿਰ ਦੇ ਉੱਤੇ ਉਹ ਮਾਲਕ ਆਪ ਹੀ ਹਰੀ, ਸਭ ਦਾ ਖਸਮ, ਸਾਰਿਆਂ ਦਾ ਸਵਾਮੀ ਮਾਲਕ ਬੈਠਾ ਏ। ਜਿਹੜੇ ਪਰਮੇਸ਼ਰ ਦੇ ਨਾਮ ਜਪਣ ਤੋਂ ਬਗੈਰ ਨੇ ਜੀਵ, ਉਹ ਬਾਜ਼ਾਰੀਆ ਬਜ਼ਾਰੀਆਂ ਦੀ ਨਿਆਈ ਨੇ, ਭਾਵ ਮਕਸਰੇ ਨੇ, ਉਹ ਮਸਖਰੇ ਹਨ, ਤਮਾਸ਼ਬੀਨ ਹਨ, ਨਾਟਕ ਚੇਡ ਕਰਨ ਵਾਲੇ ਨੇ, ਤਮਾਸ਼ੇ ਖੇਡਾਂ ਕਰਦੇ ਹਨ ਜਿਹੜੇ ਨਾਮ ਬਿਨਾ ਨੇ। ਪੀਹਾ ਵੱਲ ਹੋਈ, ਪੀਹਾ ਵੱਲ ਹੋਈ ਤੇ ਪੀਹਾਵਲ ਹੁੰਦਾ ਭਿਆਨਕ, ਇਹ ਸਾਰੀ ਸ੍ਰਿਸ਼ਟੀ ਨਾਮ ਬਿਨਾ ਪਿਹਾਵਲ ਭਿਆਨਕ ਹੀ ਹੋ ਰਹੀ ਹੈ। ਜਨ ਪ੍ਰਿਥਵੀ ਨਾਮ ਹੀਣਿਆਂ ਦੇ ਭਾਰ ਕਰਕੇ ਪੀਹਾਵਲ ਭੈ ਪੀਤ ਹੋਈ ਹੋ ਰਹੀ ਹੈ, ਕਿਉਂਕਿ ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਅਕਿਰਤ ਕਣਾਂ ਦਾ ਭਾਰ ਧਰਤੀ ਨੂੰ ਦੁਖੀ ਕਰਦਾ ਹੈ। ਕੂੜਾ ਨਿਖੁੱਟੇ ਨਾਨਕ, ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਵੀ ਅਖੀਰ ਜਦੋਂ ਸਮਾਂ ਆਉਂਦਾ ਨਾ, ਕੂੜ ਜਿਹੜਾ ਝੂਠ ਹੈ ਉਹਨੂੰ ਖੁੱਟੇ ਮੁੱਕ ਜਾਵੇਗਾ, ਭਾਵ ਝੂਠ ਮਰ ਜਾਂਦਾ ਏ, ਅੰਤ ਨੂੰ ਝੂਠੇ ਪੁਰਖ ਵੀ ਮਰ ਜਾਂਦੇ, ਨਾਸ ਹੋ ਜਾਣਗੇ। ਸੱਚ ਕਰੇ ਸੋ ਹੋਈ, ਅਤੇ ਜੋ ਸੱਚਾ ਪਰਮੇਸ਼ਰ ਕਰੇਗਾ ਕਰਦਾ ਉਹੀ ਤਿੰਨੇ ਕਾਲਾਂ ਵਿੱਚ ਹੋਈ ਹੋਵੇਗਾ, ਉਹੀ ਮਹਾਰਾਜ ਸਾਹਿਬ ਜੀ ਕਹਿੰਦੇ ਹੁੰਦਾ ਹੈ ਜਾਂ ਸੱਚ ਕਰੇ, ਜਿਹੜਾ ਸੱਚੇ ਨੂੰ ਹਿਰਦੇ 'ਚ ਧਾਰਨ ਕਰੇ ਕਰਦਾ ਹੈ, ਸੋ ਹੋਈ ਉਹੀ ਸੁਖੀ ਹੋਣਗੇ ਵਾਹਿਗੁਰੂ ਵਿੱਚ ਮਿਲ ਕੇ। ਸਲੋਕ ਮਹੱਲਾ ਤੀਜਾ, ਬਾਬੀਹਾ ਗੁਣਵੰਤੀ ਮਹਿਲ ਪਾਇਆ। ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਆ ਜੀਵ ਰੂਪ ਪੀਹੇ ਵੇਖ, ਜਿਹੜੇ ਗੁਣਵੰਤੀ ਗੁਣਾਂ ਵਾਲੀਆਂ ਮਹਾਤਮਾ ਰੂਪੀ ਸਖੀਆਂ ਨੇ, ਜਿਨ੍ਹਾਂ 'ਚ ਵਿਵੇਕ ਅਤੇ ਵੈਰਾਗ ਹੈ, ਉਹਨਾਂ ਨੇ ਮਹਿਲ ਪਾਇਆ, ਸੱਚ ਸਰੂਪੀ ਮਹੱਲ ਪਾ ਲਿਆ, ਭਾਵ ਵਾਹਿਗੁਰੂ ਵਿੱਚ ਮਿਲ ਗਏ ਹਨ। ਔਗਣਵੰਤੀ ਦੂਰ, ਜੋ ਔਗਣਵੰਤੀ ਔਗਣਾਂ ਵਾਲੀਆਂ ਮਨਮੁਖ ਇਸਤਰੀਆਂ ਦੀ ਨਿਆਈ ਨੇ, ਉਹ ਪਤੀ ਪਰਮੇਸ਼ਰ ਤੋਂ ਜੀਵ ਇਸਤਰੀਆਂ ਦੂਰ ਰਹਿੰਦੀਆਂ, ਬੇਮੁੱਖ ਹੋਣ ਰੂਪੀ ਵਾਹਿਗੁਰੂ ਤੋਂ ਵਿਛੜੀਆਂ ਰਹਿੰਦੀਆਂ ਹਨ, ਉਹਨਾਂ ਨੂੰ ਸਰੂਪ ਨਹੀਂ ਮਿਲਦਾ। ਅੰਤਰ ਤੇਰੇ ਹਰ ਵਸੈ, ਇਸ ਕਰਕੇ ਹੈ ਜੀਵ ਪਪੀਹੇ, ਹਰੀ ਪਰਮੇਸ਼ਰ ਤੇਰੇ ਅੰਦਰ ਹੀ ਵਸਦਾ ਹੈ, ਵਸ ਰਿਹਾ ਏ। ਗੁਰਮੁਖ ਸਦਾ ਹਜੂਰ, ਗੁਰਮੁਖ ਬਣ ਕੇ ਗੁਰਾਂ ਦੁਆਰਾ ਸਦਾ ਹੀ ਹਜੂਰ, ਹਾਜ਼ਰ ਨਾਜ਼ਰ, ਅੰਗ ਸੰਗ ਆਤਮਾ ਰੂਪ ਕਰਕੇ ਵੇਖ ਲਈਦਾ, ਜਾਣ ਲਈਦਾ ਹੈ ਗੁਰਮੁਖ ਬਣ। ਭੂਕ ਪੁਕਾਰ ਨਾ ਹੋਵੇ, ਫਿਰ ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਨੂੰ ਅੰਗ ਸੰਗ ਜਾਣ ਲੈਂਦਾ, ਕੂਕ ਪੁਕਾਰ ਨਾ ਹੋਵੇ, ਉਹਨੂੰ ਕਾਮ ਆਦਿਕ ਵਿਕਾਰਾਂ ਤੋਂ ਜਮਾਂ ਤੋਂ ਬਚਣ ਦੇ ਲਈ ਕੋਈ ਕੂਕਣਾ ਪੁਕਾਰਨਾ ਨਹੀਂ ਪਊਗਾ, ਤਰਲੇ ਕੱਢਣ ਦੀ ਉਹਦੀ ਲੋੜ ਨਹੀਂ ਰਹਿ ਜਾਂਦੀ, ਫਿਰ ਉਹ ਇਸ ਤੋਂ ਉੱਪਰ ਉੱਠ ਜਾਂਦਾ ਹੈ। ਨਜ਼ਰੀ ਨਜ਼ਰ ਨਿਹਾਲ, ਕਿਉਂਕਿ ਜੋ ਨਜ਼ਰੀ ਗੁਰੂ ਸਾਹਿਬ ਦੀ ਕਿਰਪਾ ਨਜ਼ਰ ਦ੍ਰਿਸ਼ਟੀ ਕਰਕੇ ਨਿਹਾਲ ਹੋ ਜਾਂਦਾ, ਉਹ ਨਜ਼ਰ ਬਖਸ਼ੀ ਕਰਨ ਵਾਲਾ ਜਿਹਦੇ ਵੱਲ ਨਜ਼ਰ ਕਰੇ
ਉਹ ਨਿਹਾਲ ਆਨੰਦ ਪ੍ਰਸੰਨ ਹੋ ਜਾਂਦਾ ਹੈ, ਉਹਦੀਆਂ ਚਾਂਗਾਂ ਉਹਦੀਆਂ ਫਰਿਆਦਾਂ ਸਭ ਮੁੱਕ ਜਾਂਦੀਆਂ ਨੇ। ਨਾਨਕ ਨਾਮ ਰਤੇ ਸਹਿਜੇ ਮਿਲੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤੀਸਰੇ ਸਰੂਪ ਕਹਿੰਦੇ ਨੇ ਵੀ ਉਹ ਨਾਮ ਵਿੱਚ ਰੰਗੇ ਹੋਏ ਪੁਰਖ ਜਿਹੜੇ ਨੇ, ਉਹ ਨਾਮ ਵਿੱਚ ਰੰਗੇ ਹੋਏ ਪੁਰਖਾਂ ਨੂੰ ਸਹਿਜੇ ਮਿਲੇ, ਸੁਤੇ ਸਿੱਧੀ ਵਾਹਿਗੁਰੂ ਜੋ ਮਿਲਦਾ ਹੈ, ਉਹ ਨਾਮ ਰੰਗੀਆਂ ਰੂਹਾਂ ਸੁਤੇ ਸਿੱਧ ਸੁਭਾਵਕ ਹੀ ਪਰਮੇਸ਼ਰ ਜਲੀਨ ਹੋ ਜਾਂਦੀਆਂ ਹਨ। ਸ਼ਬਦ ਗੁਰੂ ਕੈ ਘਾਲ। ਪਰ ਮਿਲਦੇ ਕਿਵੇਂ ਨੇ? ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਘਾਲ ਕਮਾਈ ਕੀਤੀ ਹੈ, ਗੁਰਾਂ ਦੀ ਸਿੱਖਿਆ ਦੁਆਰਾ ਨਾਮ ਦਾ ਅਭਿਆਸ ਕੀਤਾ ਹੈ। ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ। ਮਹਾਰਾਜ ਜੀ ਕਹਿੰਦੇ ਨੇ ਜਿਵੇਂ ਪ੍ਰਤੱਖ ਪਪੀਹਾ ਬੇਨਤੀ ਅਰਦਾਸ ਕਰਦਾ ਵਾਹਿਗੁਰੂ ਅੱਗੇ, ਕਰ ਕਿਰਪਾ ਦੇਹੋ ਜੀ ਅਦਾਨ। ਉਹ ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੇ ਦੇ, ਮੈਨੂੰ ਜੀਵਨ ਦਾਨ ਵੇਲ ਦੇਣ ਵਾਲਾ ਜਿਹਦੇ ਕਰਕੇ ਮੇਰਾ ਜੀਵਨ ਬਣਿਆ ਰਹੇ, ਉਹ ਸਵਾਂਤੀ ਬੂੰਦ ਰੂਪੀ ਜਲ ਦਾ ਦਾਨ ਦੇਣਾ ਕਰੋ, ਪਾਣੀ ਦਾ। ਜਲ ਬਿਨ ਪਿਆਸ ਨਾ ਉਤਰੈ। ਕਿਉਂਕਿ ਸਵਾਂਤੀ ਬੂੰਦ ਰੂਪੀ ਪਾਣੀ ਜਲ ਤੋਂ ਬਿਨਾਂ ਮੇਰੀ ਤ੍ਰੇਹ ਨਹੀਂ ਉਤਰ ਸਕਦੀ। ਛੁਟਕ ਜਾਹੇ ਮੇਰੇ ਪ੍ਰਾਣ। ਮਹਾਰਾਜ ਹੁਣ ਨਾ ਤੁਸੀਂ ਸਵਾਂਤੀ ਬੂੰਦ ਮੀਂਹ ਨਾ ਪਾਇਆ, ਸਵਾਂਤੀ ਬੂੰਦ ਜਲ ਨਾ ਦਿੱਤਾ, ਮੇਰੇ ਪ੍ਰਾਣ ਨਿਕਲ ਜਾਣਗੇ। ਏਦਾਂ ਬੇਨਤੀਆਂ ਕਰਦਾ ਹੈ ਐਵੇਂ ਜੀਵ। ਬਾਬੀਹਾ ਬੇਨਤੀ ਕਰੇ। ਏਦਾਂ ਹੀ ਜੀਵ ਜਗਿਆਸੂ ਰੂਪੀ ਪਪੀਹਾ ਜੋ ਹੈ, ਉਹ ਪਰਮੇਸ਼ਰ ਦੇ ਸਨਮੁਖ ਵਾਹਿਗੁਰੂ ਦੇ ਸਨਮੁਖ ਗੁਰਾਂ ਦੁਆਰਾ ਬੇਨਤੀਆਂ ਕਰਦਾ ਰਹਿੰਦਾ ਏ। ਕਰ ਕਿਰਪਾ ਦੇਹੋ ਜੀਅ ਦਾਨ। ਜੀਅ ਦਾਨ, ਹੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਜਲ ਜੋ ਹੈ ਦਾਨ ਵਿੱਚ ਦੇਣਾ ਕਰੋ, ਨਾਮ ਦੀ ਦਾਤ ਬਖਸ਼ੋ। ਜਲ ਬਿਨ ਪਿਆਸ ਨਾ ਉਤਰੈ। ਕਿਉਂਕਿ ਮਹਾਰਾਜ ਆਪ ਜੀ ਦੇ ਨਾਮ ਰੂਪੀ ਪਾਣੀ ਤੋਂ ਬਗੈਰ ਮੇਰੀ ਤੇਰੇ ਦਰਸ਼ਨ ਕਰਨ ਦੀ ਪਿਆਸ ਨਹੀਂ ਉਤਰਦੀ, ਜਾਂ ਆਪਦੇ ਨਾਮ ਜਪੇ ਤੋਂ ਬਗੈਰ ਤ੍ਰਿਸ਼ਨਾ ਆਦਿਕ ਜਿਹੜੀ ਅੰਦਰ ਹੈ ਉਹ ਦੂਰ ਨਹੀਂ ਹੁੰਦੀ। ਛੁਟਕ ਜਾਹੇ ਮੇਰੇ ਪ੍ਰਾਣ। ਸਗੋਂ ਮੇਰੇ ਵਿਜੋਗੀ ਹੋਏ ਦੇ ਪ੍ਰਾਣ ਹੀ ਛੁੱਟ ਜਾਣਗੇ, ਜਾਨ ਨਿਕਲਦੀ ਜਾ ਰਹੀ ਹੈ, ਤੇਰੇ ਨਾਮ ਬਿਨਾਂ ਕੀ ਜੀਵਨ ਹੈ। ਤੂੰ ਸੁਖ ਦਾਤਾ ਬੇਅੰਤ। ਹੇ ਮਹਾਰਾਜ ਤੂੰ ਸੁਖਾਂ ਦੇ ਦੇਣ ਵਾਲਾ ਹੈ, ਦਾਤਾ ਹੈ, ਬੇਅੰਤ ਅੰਤ ਤੋਂ ਰਹਿਤ ਹੈ। ਗੁਣ ਦਾਤਾ ਨਿਧਾਨ। ਸ਼ੁਭ ਗੁਣਾਂ ਦਾ ਦਾਤਾ ਹੈ, ਦੇ ਸਾਰੀਆਂ ਨਿਧੀਆਂ ਦਾ ਸਭ ਸੁੱਖਾਂ ਦਾ ਨਿਧਾਨ ਖਜ਼ਾਨਾ ਹੈ। ਨਾਨਕ ਗੁਰਮੁਖ ਬਖਸ਼ ਨਿਧਾਨ, ਇਹ ਪਾਠ ਦਾ ਇੱਦਾਂ ਧਿਆਨ ਰੱਖਣਾ, ਜ਼ਿਆਦਾ ਨਿਧਾਨ ਨੰਨੇ ਨੂੰ ਸਿਹਾਰੀ ਨਾ ਆਉਂਦਾ ਏ, ਇੱਥੇ ਨਿਧਾਨ ਏਦਾਂ ਉਚਾਰਨ ਕਰਨਾ। ਹਾਂਜੀ, ਨਾਨਕ ਗੁਰਮੁਖ ਬਖਸ਼ ਲਏ। ਤੀਸਰੇ ਪਾਤਸ਼ਾਹ ਕਹਿੰਦੇ ਮਹਾਰਾਜ ਜਿਨ੍ਹਾਂ ਨੂੰ ਗੁਰਮੁਖ ਬਣਾ ਕੇ ਗੁਰਾਂ ਦੁਆਰਾ ਬਖਸ਼ ਲੈਣਾ ਏ। ਅੰਤ ਬੇਲੀ ਹੋਏ ਭਗਵਾਨ। ਇਹ ਭਗਵਾਨ ਉਹਨਾਂ ਦਾ ਅੰਤ ਅਖੀਰਲੇ ਸਮੇਂ ਮਿੱਤਰ ਵਾਂਗ ਬੇਲੀ ਸਹਾਇਕ ਹੁੰਦਾ ਏ। ਪੌੜੀ ਆਪੇ ਜਗਤ ਉਪਾਏ ਕੈ। ਸਾਧ ਸੰਗਤ ਵਾਹਿਗੁਰੂ ਨੇ ਆਪ ਹੀ, ਗੁਰੂ ਨਾਨਕ ਦੇਵ ਜੀ ਕਹਿੰਦੇ, ਜਗਤ ਨੂੰ ਪੈਦਾ ਕਰਕੇ ਗੁਣ ਔਗਣ ਕਰੇ ਵਿਚਾਰ। ਆਪ ਹੀ ਜੀਵਾਂ ਦੇ ਗੁਣ ਸ੍ਰੇਸ਼ਟ ਗੁਣ ਖੂਬੀਆਂ ਚੰਗਿਆਈਆਂ ਦੇ, ਇਹਨਾਂ ਦੇ ਔਗਣ ਗੁਣਾਂ ਦੀ ਵਿਚਾਰ ਨਿਰਣਾ ਕਰਦਾ ਏ, ਖਿਆਲ ਰੱਖਦਾ ਏ। ਤ੍ਰੈ ਗੁਣ ਸਰਬ ਜੰਜਾਲ ਹੈ। ਤ੍ਰੈ ਗੁਣ ਜੋ ਰਾਸੀ ਤਾਮਸੀ ਸ਼ਾਂਤਕੀ ਗੁਣਾਂ ਦੀ ਵਿਚਾਰ ਹੈ ਨਾ, ਇਹ ਸਾਰੀ ਜੰਜਾਲ ਬੰਧਨ ਰੂਪ ਹੀ ਹੈ। ਜਾਂ ਮਹਾਰਾਜ ਕਹਿੰਦੇ ਜੀਵ ਨਾ ਤ੍ਰੈ ਗੁਣ ਸਰਬ ਜੰਜਾਲ ਹੈ, ਸਾਰੇ ਜੀਵ ਤਿੰਨਾਂ ਗੁਣਾਂ ਦੇ ਬੰਧਨਾਂ ਵਿੱਚ ਫਸੇ ਹੋਏ ਨੇ।
ਇਹ ਤਿੰਨ ਗੁਣ ਮਾਨੋ ਜੰਜਾਲ ਬੰਧਨ ਰੂਪ ਹੀ ਹਨ, ਰੁਕਾਵਟਾਂ ਹੀ ਹਨ। ਨਾਮ ਨਾ ਧਰੇ ਪਿਆ, ਇਹਨਾਂ ਬੰਧਨਾਂ ਕਰਕੇ ਜੀਵ ਵਾਹਿਗੁਰੂ ਦੇ ਨਾਮ ਦੇ ਵਿੱਚ ਪਿਆਰ ਪ੍ਰੇਮ ਨਹੀਂ ਧਾਰਨ ਕਰਦਾ। ਗੁਣ ਛੋੜ ਔਗਣ ਕਮਾਵ ਦੇ, ਜਿਹੜੇ ਜੀਵ ਗੁਣ ਛੋੜ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣਾਂ ਦਾ ਤਿਆਗ ਕਰਕੇ ਔਗਣ ਕਮਾਵ ਦੇ ਕਾਮ ਕ੍ਰੋਧ ਆਦਿਕ ਔਗਣਾਂ ਨੂੰ ਕਮਾਉਂਦੇ ਹਨ। ਦਰਗਹਿ ਹੋਏ ਖੁਆਰ, ਦਰਗਹਿ ਹੋਏ ਖੁਆਰ, ਵਾਹਿਗੁਰੂ ਦੀ ਦਰਗਾਹ ਵਿੱਚ ਸਦਾ ਖੁਆਰ ਹੋਏ ਹੁੰਦੇ ਨੇ, ਭਾਵ ਖੁਆਰ ਖਰਾਬ ਹੋ ਕੇ ਦੁਖੀ ਹੁੰਦੇ ਹਨ। ਜੂਐ ਜਨਮ ਤਿਨੀ ਹਾਰਿਆ, ਉਹਨਾਂ ਮਨਮੁਖ ਪੁਰਖਾਂ ਨੇ ਪਾਤਸ਼ਾਹ ਕਹਿੰਦੇ ਵੀ ਜਿਵੇਂ ਜੂਏ 'ਚ ਜਵਾਰੀ ਸਭ ਕੁਝ ਹਾਰਦੇ ਨੇ ਨਾ, ਉਹਨਾਂ ਨੇ ਵਿਸ਼ੇ ਵਿਕਾਰ ਭੋਗਣੇ, ਇਹ ਮਾਨੋ ਜੂਆ ਹੈ। ਵਿਸ਼ੇ ਵਿਕਾਰਾਂ ਦੇ ਭੋਗਣ ਦਾ ਜਿਹੜਾ ਸੁੱਖ ਮੰਨਿਆ, ਇਸ ਜੂਏ 'ਚ ਆਪਣਾ ਮਨੁੱਖਾ ਜਨਮ ਰੂਪੀ ਬਾਜੀ ਨੂੰ ਹਾਰਿਆ, ਹਾਰ ਦਿੱਤਾ, ਜੀਵਨ ਖਰਾਬ ਕਰ ਲਿਆ। ਆਏ ਸੰਸਾਰ, ਉਹ ਕਿਸ ਵਾਸਤੇ ਜਗਤ ਆਏ ਸਨ, ਉਹਨਾਂ ਦਾ ਆਉਣਾ ਨਿਸਫਲ ਬੇਫਾਇਦਾ ਹੀ ਹੈ। ਸੱਚੇ ਸ਼ਬਦ ਮਨ ਮਾਰਿਆ, ਜਿਨ੍ਹਾਂ ਨੇ ਸੱਚਾ ਗੁਰੂ ਸਾਹਿਬ ਜੀ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਿਆ, ਭਾਵ ਵਸ ਕੀਤਾ। ਅਹਿਨਸ ਨਾਮ ਪਿਆ, ਉਹ ਅਹਿਨਸ ਰਾਤ ਦਿਨ ਇੱਕ ਰਸ ਨਾਮ ਨਾਲ ਪ੍ਰੇਮ ਕਰਦੇ, ਅਭਿਆਸੀ ਹੋ ਕੇ ਸਿਮਰਨ ਕਰਦੇ ਹਨ। ਜਿਨੀ ਪੁਰਖੀ ਉਰ ਧਾਰਿਆ, ਜਿਨੀ ਪੁਰਖੀ ਔਰ ਧਾਰਿਆ, ਮਹਾਰਾਜ ਕਹਿੰਦੇ ਜਿਨ੍ਹਾਂ ਪੁਰਖਾਂ ਨੇ ਔਰ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਨੂੰ ਧਾਰਨ ਕੀਤਾ, ਵਸਾਉਣਾ ਕੀਤਾ ਹੈ। ਸੱਚਾ ਅਲਖ ਅਪਾਰ, ਕਿਹੜਾ ਵਾਹਿਗੁਰੂ ਧਾਰਿਆ ਜੋ ਪਰਮੇਸ਼ਰ ਸੱਚਾ ਤ੍ਰੈ ਕਾਲ ਅਬਾਦ ਨਾਸ ਤੋਂ ਰਹਿਤ ਹੈ, ਤੇ ਫਿਰ ਅਲਖ ਅਸ਼ੁੱਧ ਮਨ ਕਰਕੇ ਲਖਣ ਤੋਂ ਪਹੁੰਚ ਤੋਂ ਜਾਣਨ ਤੋਂ ਰਹਿਤ ਹੈ, ਅਪਾਰ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਵੀ ਪਰੇ ਹੈ, ਉਹ ਪਰਮੇਸ਼ਰ ਨੂੰ ਜਿਨ੍ਹਾਂ ਨੇ ਹਿਰਦੇ 'ਚ ਵਸਾਇਆ ਏ। ਤੂੰ ਗੁਣਦਾਤਾ ਨਿਧਾਨ ਹੈ, ਉਹ ਇਵੇਂ ਬੇਨਤੀਆਂ ਕਰਦੇ, ਮਹਾਰਾਜ ਤੂੰ ਸਾਰੇ ਗੁਣਾਂ ਦਾ ਦਾਤਾ ਏ, ਸਾਰੇ ਸੁੱਖਾਂ ਦਾ ਭਾਉ, ਭਗਤੀ ਦੀ ਨਿਧੀਆਂ ਦਾ ਨਿਧਾਨ, ਖਜ਼ਾਨਾ ਏ। ਅਸੀਂ ਅਵਗਣ ਆਰ, ਅਸੀਂ ਅਵਗਣ ਯਾਰ, ਅਸੀਂ ਪੋਲਾ ਪਾਠ, ਅਸੀਂ ਅਵਗਣ ਯਾਰ, ਤੇ ਅਸੀਂ ਜੀਵ ਜਿਹੜੇ ਹਾਂ ਗੁਣਾਹਾਂ ਦੇ ਕਰਨ ਵਾਲੇ, ਅਵਗਣਾਂ ਨਾਲ ਭਰੇ ਹੋਏ, ਬਖਸ਼ ਲੈਣਾ ਕਰੋ। ਜਿਸ ਬਖਸੇ ਸੋ ਪਾਏ, ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਬਖਸ਼ੇ ਸੋ ਪਾਏ ਸੀ, ਉਹੀ ਪੁਰਖ ਮਹਾਰਾਜ ਤੈਨੂੰ ਪ੍ਰਾਪਤ ਕਰਦੇ ਨੇ, ਉਹੀ ਸ਼ੁਭ ਗੁਣਾਂ ਦੇ ਖਜ਼ਾਨੇ ਨੂੰ ਪਾਉਂਦਾ ਹੈ, ਜਿਨ੍ਹਾਂ ਨੂੰ ਤੂੰ ਆਪ ਬਖਸ਼ ਲੈਂਦਾ ਏ। ਹੋਰ ਸ਼ਬਦੀ ਵਿਚਾਰ, ਤੇ ਇਹ ਮਹਾਰਾਜ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਜਿਹੜੇ ਬਖਸ਼ੇ ਗਏ ਨੇ, ਜਾਂ ਜਿਸ ਬਖਸ਼ੇ ਜਿਨ੍ਹਾਂ ਨੂੰ ਤੂੰ ਬਖਸ਼ਦਾ ਸੋ ਪਾਏ ਸੀ, ਉਹ ਤੈਨੂੰ ਪਾ ਲੈਂਦੇ ਨੇ, ਪਾਉਂਦੇ ਕਿਵੇਂ ਨੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ। ਸੋ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੀ ਵਿਚਾਰ ਦੀ ਮਹਾਨਤਾ ਕਹੀ ਹੈ ਵੀ ਗੁਰਬਾਣੀ ਨੂੰ ਮੰਨਣਾ ਵਿਚਾਰਨਾ, ਇਹਦੇ ਨਾਲ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਅਨੇਕਾਂ ਹੀ ਭੁੱਲਾਂ ਗਲਤੀਆਂ ਹੁੰਦੀਆਂ ਨੇ। ਮਹਾਰਾਜ ਸਾਹਿਬ ਦੀ ਬਾਣੀ ਜੋ ਹੈ ਉਹ ਮਹਾਨ ਹੈ, ਆਪਾਂ ਜੀਵਾਂ ਦੀ ਬੁੱਧ ਜੋ ਹੈ ਇਹ ਤੋਸ਼ੇ, ਸਤਿਗੁਰੂ ਆਪ ਹੀ ਬਖਸ਼ ਲੈਣ। ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਣ ਕਰੀਏ। ਤੂੰ ਗੁਣਦਾਤਾ ਨਿਧਾਨ ਹੈ, ਅਸੀਂ ਅਵਗਣ ਯਾਰ, ਜਿਸ ਬਖਸ਼ੇ ਸੋ ਪਾਏ ਸੀ, ਗੁਰ ਸਬਦੀ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।